ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਅਜਿਹੇ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜਿਹੜੇ ਕਿੱਤੇ ਤੋਂ ਆਪ ਡਾਕਟਰ ਨੇ, ਡਾਕਟਰੀ ਦਾ ਪੇਸ਼ਾ ਹੈ ਅਤੇ ਲੋਕਾਂ ਨੂੰ, ਮਰੀਜ਼ਾਂ ਨੂੰ ਚੈੱਕ ਕਰਦੇ ਨੇ, ਦਵਾਈਆਂ ਦਿੰਦੇ ਨੇ, ਮਰੀਜ਼ਾਂ ਦਾ ਇਲਾਜ ਕਰਦੇ ਨੇ, ਲੇਕਿਨ ਆਪ ਨੂੰ ਵੀ ਬੜੀ ਵੱਡੀ ਪ੍ਰੋਬਲਮ ਆ ਗਈ ਅਤੇ ਇਹੋ ਜਿਹੀ ਪ੍ਰੋਬਲਮ ਜਿਹਦੇ ਬਾਰੇ ਅਕਸਰ ਇੱਕ ਡਾਕਟਰ ਵੀ ਇਹ ਕਹਿੰਦੇ ਨੇ ਕਿ ਐਲਰਜੀ ਅਤੇ ਰੱਬ ਦੀ ਮਰਜ਼ੀ, ਪਰ ਰੱਬ ਦੀ ਮਰਜ਼ੀ ਉਹ ਫਿਰ ਕਿਵੇਂ, ਉਸ ਦੀ ਮਰਜ਼ੀ ਨਾਲ ਹੀ ਜਿਹੜਾ ਇਹਨਾਂ ਨੂੰ ਆਰਾਮ ਆਇਆ, ਕਿੱਦਾਂ ਕਿੱਦਾਂ ਇਹਨਾਂ ਨੂੰ ਪ੍ਰੋਬਲਮ ਆਈਆਂ, ਕਿੱਦਾਂ ਕਿੱਦਾਂ ਦਰਦ ਸਹੇ, ਕਿੱਦਾਂ ਕਿੱਦਾਂ ਤਕਲੀਫਾਂ ਦੇ ਵਿੱਚੋਂ ਲੰਘ ਕੇ ਇਹ ਅੱਜ ਸਾਡੇ ਨਾਲ ਬੈਠ ਕੇ ਤੁਹਾਡੇ ਸਾਹਮਣੇ ਆਪਣਾ ਤਜਰਬਾ ਸਾਂਝਾ ਕਰ ਰਹੇ ਨੇ, ਆਪਾਂ ਇਹਨਾਂ ਦੇ ਮੂੰਹੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਆਰਮਾ ਸਿੰਘ, ਪਿੰਡ ਸਭਰਾ ਤੋਂ। ਥੋੜ੍ਹੀ ਆਪਣੀ ਡਿਟੇਲ ਦਿਓ, ਪਰਿਵਾਰ 'ਚ ਕੌਣ ਕੌਣ ਆ, ਕਿੰਨੀ ਉਮਰ ਹੈ, ਕੀ ਕੰਮ ਕਰਦੇ ਹੋ, ਥੋੜ੍ਹਾ ਜਿਹਾ ਡਿਟੇਲ। ਹਾਂਜੀ, ਮੇਰੀ ਉਮਰ 45 ਸਾਲ ਹੈ ਜੀ, ਘਰ 'ਚ ਦੋ ਬੱਚੇ ਆ ਜੀ, ਅਤੇ ਘਰ ਵਾਲੀ ਆ, ਅਤੇ ਮੈਂ ਕਰਦਾ ਪ੍ਰੈਕਟਿਸ ਕਰਦਾ, ਘਰ ਵਾਲੀ ਆਂਗਨਵਾੜੀ ਕਰਦੀ, ਨੌਕਰੀ ਕਰਦੀ ਆ, ਅਤੇ 20 ਸਾਲ ਤੋਂ ਕਰਨ ਡਿਆ ਪ੍ਰੈਕਟਿਸ ਮੈਂ। ਮਤਲਬ ਆਰਐਮਪੀ ਡਾਕਟਰ ਦੀ? ਹਾਂਜੀ ਹਾਂਜੀ। ਥੋੜ੍ਹੀ ਜਿਹੀ ਕੀ ਤੁਸੀਂ ਆਰਐਮਪੀ ਦਾ ਡਿਪਲੋਮਾ ਕੀਤਾ, ਡਿਗਰੀ ਕੀਤੀ? ਨਹੀਂ, ਮੈਂ ਡਿਪਲੋਮਾ ਕੀਤਾ ਜੀ, ਇਲੈਕਟ੍ਰੋਪੈਥੀ ਆ ਜੀ। ਇਲੈਕਟ੍ਰੋਪੈਥੀ ਦਾ? ਇਲੈਕਟ੍ਰੋਪੈਥੀ ਕੀਤਾ ਜੀ। ਹਾਂਜੀ, ਅਤੇ ਇਹ ਦੱਸੋ ਕਿ ਤੁਸੀਂ ਤਾਂ ਆਪ ਡਾਕਟਰ ਹੋ ਫਿਰ, ਅਤੇ ਕਿੰਨੇ ਚਿਰ ਪਹਿਲਾਂ ਤੁਹਾਨੂੰ ਪ੍ਰੋਬਲਮ ਆਈ? ਮੈਨੂੰ ਵੀ ਇਹ ਕੋਈ 4 ਸਾਲ ਪਹਿਲਾਂ ਆਈ ਸੀ, ਅਤੇ ਸਾਲ ਡੇਢ 2 ਸਾਲ ਰਹੀ ਮੇਰੀ ਇਸ ਤਰ੍ਹਾਂ ਪ੍ਰੋਬਲਮ ਬਹੁਤ ਜ਼ਿਆਦਾ। ਜਿਸ ਤਰ੍ਹਾਂ ਮੰਨ ਲਓ ਸਾਹ ਰੁਕ ਜਾਣਾ, ਕੋਈ ਸੈਂਟ ਵਾਲਾ ਲੱਗਿਆ ਕੇ ਬਹਿ ਜਾਣਾ, ਜਾਂ ਅਗਰਬੱਤੀ ਲੱਗੀ ਹੋਣੀ ਉੱਤੋਂ, ਜਾਂ ਅਗਰ ਸਪਰੇਅ ਲਾਗੋ ਲੰਘਣਾ ਕਰਦੇ ਹੋਣਾ, ਤਾਂ ਉੱਥੋਂ ਹੀ ਮੈਨੂੰ ਹੋ ਜਾਂਦਾ ਸਾਹ ਕਿਰਾਂ ਰੁਕ ਜਾਂਦਾ, ਜਿਵੇਂ ਫੇਫੜੇ ਬਲੋਕ ਜਿਹੇ ਹੋ ਜਾਂਦੇ ਆ। ਬੜੀ ਬੰਦਾ ਜ਼ਹਿਰ ਵਰਗ ਲੱਗਦਾ, ਸੈਂਟ ਲਾ ਕੇ ਜਾਂਦਾ, ਜੀਕਰ ਤਾਂ ਉਹਨੂੰ ਤੋਂ ਗਲਾ ਕੱਢ ਲਾਂਦਾ, ਦੂਰ ਹੋ ਜਾ ਕਰੇ। ਮੈਂ ਦੁਕਾਨ 'ਚ ਅਗਰਬੱਤੀ ਨਹੀਂ ਹਿਲਾਈ, ਕਦੇ ਨਹੀਂ ਕਰਦਾ, ਅਗਰ ਰੇਖ ਚਲੇ ਜਾਈਦਾ ਹੈ, ਲੱਗੇ ਹੁੰਦੀ ਜਿੱਥੋਂ ਦੂਰ ਜਾ ਕੇ ਬਹੀਦਾ, ਤਾਂ ਫਿਰ ਵੀ ਬੜੀ ਗੋਲੀ ਖਾ ਕੇ ਜਾਈਦਾ ਸੀ, ਲਿਵੋਸਿਟਰੀਜਿਨ, ਵੀ ਪ੍ਰੋਬਲਮ ਆ ਨਾ ਜਾਵੇ, ਪਰ ਫਿਰ ਵੀ ਫਿਰ ਗੋਲੀਆਂ ਤਿੰਨ ਤਿੰਨ 4 ਖਾਣੀਆਂ ਪੈ ਜਾਂਦੀਆਂ। ਲਿਵੋਸਿਟਰੀਜਿਨ ਵੀ ਇੱਕ ਟਾਈਮ ਆਉਂਦਾ ਜਦੋਂ ਬੋਡੀ 'ਚ ਰਜਿਸਟੈਂਸ ਬਣ ਜਾਂਦੀ ਹੈ, ਲਿਵੋਸਿਟਰੀਜਿਨ ਹੋ ਗਈ, ਸੈਟਰੀਜਿਨ ਹੋ ਗਈ, ਮੋਂਟਿਲਕਾਸਟ ਹੋ ਗਈ, ਹੈ ਨਾ, ਅਲੱਗ ਅਲੱਗ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਬੋਡੀ ਦੇ ਅੰਦਰ ਰਜਿਸਟੈਂਸ ਬਣ ਜਾਂਦੀ ਹੈ, ਫਿਰ ਉਹ ਕਿਸ ਤਰ੍ਹਾਂ ਤੁਸੀਂ ਟੈਕਲ ਕਰਦੇ ਸੀ? ਉਹ ਤਾਂ ਬੜਾ ਕੰਮ ਖਰਾਬ ਹੋ ਜਾਂਦਾ, CPM ਵੀ ਵੱਜਦੀ। ਹਾਂਜੀ, ਉਹ ਪਹਿਲਾਂ ਤਾਂ ਇੱਕ ਖਾਨੇ ਮੁੜ ਕੇ 2 ਕਰਦੇ, ਫਿਰ 3, ਫਿਰ 4-5 ਗੋਲੀਆਂ ਤਾਂ ਚੜ ਗਏ, ਨਾਲ ਫਿਰ ਸਟੀਰੋਇਡ ਲੈਣੀ ਪੈਂਦੀ ਥੋੜ੍ਹੀ ਜਿਹੀ। ਸਟੀਰੋਇਡ ਵੀ ਲੈਂਦੇ? ਪਰ ਤੁਸੀਂ ਤਾਂ ਡਾਕਟਰ ਹੋ, ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਸਟੀਰੋਇਡ ਜਿਹੜਾ ਉਹ ਬੋਡੀ ਨੂੰ ਖਰਾਬ ਕਰਦਾ ਹੈ। ਜਦੋਂ ਇਲਾਜ ਹਰਮਾਨ ਨਹੀਂ, ਫਿਰ ਉਹਦਾ ਫਿਰ ਮਰੀਜ਼ ਖਾਣੀ ਪੈਂਦੀ ਸੀ ਨਾ, ਕਈ ਵਾਰ ਦੁਕਾਨ 'ਚ ਬੈਠਿਆਂ ਮਰੀਜ਼ ਬੈਠਿਆਂ, ਜਦੋਂ ਜਿਵੇਂ ਦੌਰਾ ਪੈਂਦਾ, ਦੌਰਾ ਪੈ ਜਾਂਦਾ ਹੈ, ਉਸ ਤੋਂ ਬਾਅਦ ਮੁੜ ਕੇ ਹਰੀਆਂ ਸਬਜ਼ੀਆਂ ਸਾਰੀਆਂ ਤੋਂ ਹੀ ਹੋ ਗਈ ਨਾ। ਅੱਛਾ, ਹਾਂ, ਪਹਿਲਾਂ ਘੀਆ ਥੋੜ੍ਹੀ ਧੋਣ ਲੱਗੇ, ਫਿਰ ਕੱਦੂ, ਫਿਰ ਹਰੀ ਸਾਰੀਆਂ ਸਬਜ਼ੀਆਂ ਹਰੀਆਂ ਤੋਂ ਹੋ ਗਈ। ਜਦੋਂ ਮਤਲਬ ਤੁਹਾਨੂੰ ਅਟੈਕ ਆਉਂਦਾ ਸੀ, ਐਲਰਜੀ ਦਾ ਅਟੈਕ ਆਉਂਦਾ ਸੀ, ਕੀ ਹੋਣ ਲੱਗ ਪੈਂਦਾ ਸੀ? ਕੋਈ ਨਾ ਕੋਈ ਜਿਸ ਤਰ੍ਹਾਂ ਕੋਈ ਸੈਂਟ ਵਾਲਾ ਕੋਈ ਲੱਗ ਪੈ ਜਾਂਦਾ ਖਾ ਕੇ, ਜਿਸ ਤਰ੍ਹਾਂ ਕੋਈ, ਅਤੇ ਜਾਂ ਕਿਤੇ ਕੋਈ ਸਪਰੇਅ ਸਪਰੂਏ ਵਾਲਾ ਜਿਸ ਤਰ੍ਹਾਂ ਲਾਗੂ ਲੰਘਦੀ, ਜਾਂ ਘੱਟਾਂ ਮਿੱਟੀਆਂ, ਤਾਂ ਉਹ ਤੋਂ ਸਾਡੇ ਜਿਵੇਂ ਦੌਰਾ ਦੌਰਾ ਜਿਹਾ ਪੈਂਦਾ ਹੁੰਦਾ ਹੈ। ਕਿੱਦਾਂ ਦਾ ਦੌਰਾ, ਕੀ ਹੁੰਦਾ? ਜਿਵੇਂ ਸਾਹ ਰੁਕ ਜਾਂਦਾ ਹੈ, ਕਰਾਈ ਸਾਰਾ ਬੰਦ ਹੋ ਜਾਣਾ, ਇਹਦੇ ਨਾਲ ਮੁੜ ਕੇ ਜ਼ੁਕਾਮ ਜਾਂ ਨਾਸਾਂ ਤੋਂ ਵੀ ਆਉਣ ਲੱਗ ਪੈਣਾ, ਅਤੇ ਛਾਤੀ ਬਲੋਕ ਜਿਹੇ ਹੋ ਜਾਣੇ ਨੇ। ਮਤਲਬ ਖਾਂਸੀ ਆਉਂਦੀ ਸੀ ਜਾਂ ਫਿਰ ਦਮੇ ਵਾਲਾ ਵਾਂਗੂ ਹੋ ਜਾਂਦਾ? ਦਮੇ ਵਾਂਗੂ ਹੁੰਦਾ, ਖਾਂਸੀ ਦੇ ਅੰਦਰੋਂ ਰੇਸ਼ਾ ਬਾਹਰ ਬਲਗਮ ਬਾਹਰ ਨਿਕਲਦੀ ਨਹੀਂ ਹੁੰਦੀ। ਅੱਛਾ, ਬਲੋਕ ਵਾਂਗੂ ਜਿਹੇ ਆਉਂਦੀ ਹੁੰਦੀ, ਜਿਵੇਂ ਐਲਰਜੀ ਵਾਲਾ ਸਾਰੇ ਲੱਛਣ ਸੀ ਨਾ, ਜਿਵੇਂ ਐਲਰਜੀ ਸਾਰੇ ਹੈਗੀ ਆ, ਅਤੇ ਬਾਅਦ 'ਚ ਮੁੜ ਕੇ ਫਿਰ ਗੋਲੀ ਖਾ ਲਈ, ਜੇ ਗੋਲੀ ਖਾਂਦਾ ਤਾਂ ਅਸੀਂ 15 ਮਿੰਟ ਬਾਅਦ ਫਿਰ ਫਰਕ ਪੈ ਜਾਂਦਾ। ਅਤੇ ਇਸ ਤਰ੍ਹਾਂ ਖਾਂਦਿਆਂ ਖਾਂਦਿਆਂ ਮੁੜ ਕੇ ਖਾਂਦੇ, ਵਾਹਵਾ ਚਿਰ ਖਾਂਦੇ ਰਹੇ, ਬਾਅਦ 2 ਸਾਲੇ ਖਾਂਦੇ ਰਹੇ ਹਿਸਾਬ ਨਾਲ, ਅਤੇ ਮੁੜ ਕੇ ਤੁਰਿਆ ਸਾਹ ਚੜ੍ਹਦਾ ਪਿਆ, ਕਮਜ਼ੋਰੀ ਸਰੀਰ ਨੂੰ ਆਉਣ ਲੱਗ ਪਿਓ, ਖਾਣਾ ਪੀਣਾ ਪਾਜਣਾ ਕੁੱਖ ਨਾ, ਫਿਰ ਰੋਟੀ ਜਿਹੜਾ ਗੁੜ ਨਾ ਖਾਣੀ, ਕਿਸੇ ਕਿਤੇ ਦਹੀਂ ਨਾ ਖਾਣੀ, ਇਸ ਤਰ੍ਹਾਂ ਵੀ ਸਬਜ਼ੀਆਂ ਸੁਬਜ਼ੀਆਂ, ਦਾਲ ਦੂਲ ਤੋਂ ਵੀ ਘੱਟ ਬਹੁਤ ਖਾਈਦੀ, ਜਾਂ ਅਗਰ ਪ੍ਰੋਗਰਾਮ 'ਚ ਜਾਈਦਾ ਬਹੁਤ ਘੱਟ ਵੇਖ ਕੇ, ਵੀ ਡਰਦੇ ਜਾਈਦਾ ਨਹੀਂ ਪਹਿਲੀ ਗੱਲ ਤਾਂ। ਤੁਸੀਂ ਕਿਸੇ ਸੀਨੀਅਰ ਡਾਕਟਰ ਨਾਲ ਗੱਲ ਕੀਤੀ, ਕਿਸੇ ਡਾਕਟਰਾਂ ਨੂੰ ਚੈੱਕ ਕਰਾਇਆ, ਕਿਸੇ ਹੋਸਪਿਟਲ 'ਚ ਗਏ, ਕੁਛ ਇਹਦੇ ਇਲਾਜ? ਮੈਂ ਇਹ ਤਾਂ ਪ੍ਰੀਤ ਹਸਪਤਾਲ 'ਚ ਕੰਮ ਕੀਤਾ, ਪੱਟੀ ਤਰੇਂ 'ਚ ਕੀਤਾ, ਉੱਥੇ ਵੀ ਮੈਨੂੰ ਉਦੋਂ ਕਹਿੰਦੇ ਹੋ ਐਲਰਜੀ ਹੈ, ਦਵਾਈ ਖਾਣੀ ਪੈਣੀ ਹੈ ਜੀ, ਅਤੇ ਦਵਾਈ ਖਾਈ ਜਾਓ, ਅਤੇ ਮੁੜ ਕੇ ਉਸ ਤੋਂ ਬਾਅਦ ਮੁੜ ਕੇ ਹੋਰ ਹੀ ਚੈੱਕ ਕਰਾਇਆ, ਉਹਨਾਂ ਕਹਿੰਦਾ ਐਲਰਜੀ ਟੈਸਟ ਕਰਾਇਆ, ਮੁੜ ਕੇ ਸਾਰੀਆਂ ਉਹ ਹੀ ਆ ਗਈਆਂ, ਵੀ ਸਾਰੀਆਂ ਸਬਜ਼ੀਆਂ ਤੋਂ, ਅਤੇ ਵੀ ਕੁਛ ਜੇ ਘੱਟੇ ਮਿੱਟੀ ਤੋਂ ਜਾਂ ਵੀ ਸਾਰਾ ਕੁਛ ਇਹੋ ਆ ਗਿਆ ਨਾ, ਵੀ ਸੈਂਟ ਅਗਰਬੱਤੀ ਉਹ ਦੂਰ ਰਹਿਣਾ ਪਊਗਾ, ਦਵਾਈ ਖਾਣੀ ਪਊਗੀ, ਅਤੇ ਮੁੜ ਕੇ ਫਿਰ ਉਹ ਜਿਸ ਤਰ੍ਹਾਂ ਦੇ ਫਿਰ ਖਾਈ ਗਏ ਉਸੇ ਤਰ੍ਹਾਂ ਹੀ। ਨਹੀਂ, ਪਰ ਤੁਹਾਨੂੰ ਡਾਕਟਰਾਂ ਨੇ ਵੀ ਕਿਹਾ ਵੀ ਐਲਰਜੀ ਅਤੇ ਰੱਬ ਦੀ ਮਰਜ਼ੀ, ਇਹ ਵੀ ਕਿਹਾ? ਇਹ ਕਿਹਾ ਸੀ ਨਾ, ਇਹੋ ਹੀ ਕਿਹਾ ਸੀ ਜੀ, ਉਹਨਾਂ ਕੋਲ ਸਟੀਰੋਇਡ ਲੈ ਲਓ, ਵੱਧ ਤੋਂ ਵੱਧ ਉਹ ਇਲਾਜ ਰਿਹਾ, ਹੋਰ ਕੋਈ ਨਹੀਂ ਪੱਕਾ। ਸਟੀਰੋਇਡ ਕਿਹੜਾ? ਬੈਟਨੀਸੋਲ, ਡੈਕਸਾ ਮੈਥਾ? ਇਹ ਖਾਲੀ ਕਰੇ, ਅੱਧੀ ਡੈਕਸਾ ਦੀ ਖਾਲੀ ਕਰੇ, ਮੈਥਾ ਸੋਲ, ਅਤੇ ਜਾਂ ਬੈਟਨੀਸੋਲ ਖਾਲੀ ਦੀ ਕਰੇ, ਅਤੇ ਮੁੜ ਕੇ ਜਦੋਂ ਬਾਅਦ 'ਚ ਕਮਜ਼ੋਰੀ ਜਾਰੀ ਸ਼ੁਰੂ ਹੋ ਗਈ, ਫਿਰ ਮੁੜ ਕੇ ਵੀ ਨਾਲ ਸਟੀਰੋਇਡ ਵੱਧ ਵੀ ਖਾਣੀ ਪੈਂਦੀ। ਪਰ ਤੁਹਾਨੂੰ ਇਹ ਪਤਾ ਵੀ ਜਦੋਂ ਆਪਾਂ ਕਿਸੇ ਐਲਰਜੀ ਦੇ ਅਟੈਕ ਨੂੰ ਰੋਕਦੇ ਹਾਂ, ਖਾਂਸੀ ਨੂੰ, ਜ਼ੁਕਾਮ ਨੂੰ ਕਿਸੇ ਨੂੰ ਰੋਕਦੇ ਹਾਂ, ਤਾਂ ਸਿੱਧਾ ਸਿੱਧਾ ਆਪਣੇ ਫੇਫੜੇ ਕਮਜ਼ੋਰ ਕਰਦਾ, ਅਤੇ ਅੱਗੇ ਚੱਲ ਕੇ ਦਮਾਂ ਬਣਾ ਸਕਦੀ ਹੈ? ਹਾਂ, ਦਮਾਂ ਬਣ ਗਏ, ਦਮੇ ਵਾਲਾ ਹਿਸਾਬ ਬਣ ਜਾਂਦਾ ਜੀ, ਉਹ
ਇਹ ਜਿਹੜਾ ਬੈਟਨੀਸੋਲ ਅਤੇ ਡੈਕਸਾ ਜਿਹੜੀਆਂ ਤੁਸੀਂ ਗੋਲੀਆਂ ਲੈਂਦੇ ਰਹੇ, ਤੁਹਾਨੂੰ ਪਤਾ ਸੀ ਨਾ ਵੀ ਇਹ ਚੀਜ਼ ਜਿਹੜੀ ਅੱਗੇ ਚੱਲ ਕੇ ਮੇਰੀ ਬੋਡੀ ਨੂੰ ਬਿਲਕੁਲ ਨਕਾਰਾ ਬਣਾ ਸਕਦੀ? ਹਾਂ, ਨਕਾਰਾ ਬਣਾ ਕੇ ਚੱਲ ਜਿੰਨਾ ਚਿਰ ਖਾਧੇ ਨਹੀਂ ਖਾਓ, ਮੁੜ ਕੇ ਇਹੋ ਗੱਲ ਸੋਚਿਆ ਸੀ ਵੀ ਜਿੰਨਾ ਚਿਰ, ਮਤਲਬ ਇਹ ਸੋਚਿਆ ਵੀ ਹੁਣ ਤਾਂ ਆਰਾਮ, ਹੁਣ ਕੀ ਕਰੀਏ, ਹੁਣ ਜੇ ਇਹ ਆਰਾਮ ਕਿਸੇ ਪਾਸੋਂ ਆ ਨਾ ਜਾ ਤਾਂ ਇਸ ਨੂੰ ਮੌਕੇ ਦਿੱਤਾ ਤਾਂ ਠੀਕ ਕਰੀਏ, ਇਹੀ ਸੋਚਦੇ ਹੁੰਦੇ? ਇਹ ਸੋਚੀਦਾ ਵੀ ਚਲੋ ਜਿੰਨਾ ਚਿਰ ਜਾਣਾ ਸੁਖੀ ਉਂਚਾ ਤੱਕ ਕਰਕੇ ਆਪਦੀ ਮੁੜ ਕੇ ਫਿਰ ਵੇਖੀ ਜਾਊ ਬਾਅਦ 'ਚ, ਤਾਂ ਪਤਾ ਤਾਂ ਹੈਗਾ ਵੀ ਨੁਕਸਾਨ ਸਿੱਟਰੀ ਜਿਹਨੂੰ ਨੁਕਸਾਨ ਦੇਈ ਆ, ਜਿੰਨੀ ਆਪਾਂ ਜਾਰੀ ਅੰਗਰੇਜ਼ੀ ਦਵਾਈ ਜਿੰਨੀ ਵੀ ਆਪਾਂ ਕਹਿੰਦੇ ਸਾਨੂੰ ਨੁਕਸਾਨ ਦੇਈ ਆ, ਜਿੰਨੀ ਦਵਾਈ ਆਪਾਂ ਜੋ ਵੀ ਪਾਸੇ ਉਹ ਖਾਂਦੇ ਰਹੇ ਜਿਹੜੀ ਵੀ ਹੋਰ ਵੀ ਜਿਸ ਤਰ੍ਹਾਂ ਮੰਨ ਲਓ ਹੋਮੋਪੈਥੀ ਵੀ ਖਾ ਲਈ ਨਹੀਂ ਅਸਰ ਕੋਈ ਕਰਦੀ। ਦਰਸ਼ਕਾਂ ਦੀ ਜਾਣਕਾਰੀ ਦੱਸਦੇ ਹਾਂ ਕਿ ਜਿਹੜੀ ਸੈਟਰੀਜਨ ਹੋ ਗਈ, ਲਿਵੋਸੈਟਰੀਜਨ ਹੋ ਗਈ, ਮਾਉਂਟਿਲਕਾਸਟ ਹੋ ਗਈ, ਜਿੰਨੀਆਂ ਵੀ ਜਿਹੜੀਆਂ ਇਹ ਐਲਰਜੀ ਐਂਟੀ ਐਲਰਜੀਕ ਦਵਾਈਆਂ ਨੇ, CPM ਹੋ ਗਈ, ਇਹ ਸਾਰੀਆਂ ਦੀਆਂ ਸਾਰੀਆਂ ਬੋਡੀ ਦੇ ਅੰਦਰ ਇੱਕ ਸਮੇਂ ਦੇ ਬਾਅਦ 10-15 ਦਿਨ ਦੇ ਬਾਅਦ ਜਿਹੜੀ ਆ ਬੋਡੀ ਦੇ ਅੰਦਰ ਰਜਿਸਟੈਂਸ ਬਣ ਜਾਂਦੀ ਹੈ, ਬੋਡੀ ਉਸ ਨੂੰ ਢਾਲ ਲੈਂਦੀ ਉਹਦੇ ਮੁਤਾਬਕ, ਅਤੇ ਇੱਕ ਸਮਾਂ ਜ ਪੈਣ ਤੋਂ ਬਾਅਦ ਜਿਹੜੀ ਆ ਉਸਨੂੰ ਇਹ ਐਕਸੈਪਟ ਕਰ ਲੈਂਦੀ ਅਤੇ ਉਹ ਅਸਰ ਕਰਨੀ ਬੰਦ ਕਰ ਦਿੰਦੀ ਹੈ, ਫਿਰ ਉਹ ਸਾਲਟ ਬਦਲਣਾ ਪੈਂਦਾ, ਡਾਕਟਰ ਇਹ ਕਹਿੰਦੇ ਨੇ ਤਾਂ ਸਾਲਟ ਬਦਲਦੇ ਆ, ਲੇਕਿਨ ਇਹਦਾ ਅਲਟੀਮੇਟਲੀ ਜਿਹੜਾ ਰਿਜ਼ਲਟ ਹੈ ਉਹ ਬਹੁਤ ਖਤਰਨਾਕ ਨਿਕਲਦਾ, ਕਿਉਂਕਿ ਜਿਹੜੀ ਐਂਟੀ ਹਿਸਟੇਮਾਈਨ ਜਿਹੜੇ ਹੁੰਦੇ ਨੇ ਬੋਡੀ ਦੇ ਅੰਦਰ ਜਿਹੜੇ ਸਾਨੂੰ ਦੱਸਦੇ ਨੇ ਵੀ ਕਿੱਥੇ ਜਿਹੜੇ ਬਲੱਡ ਦੀ ਸਰਕੂਲੇਸ਼ਨ ਵਧਾਉਂਦੇ ਨੇ ਅਤੇ ਉੱਥੇ ਜਾ ਕੇ ਵੀ ਇੱਥੇ ਪ੍ਰੋਬਲਮ ਹੈ, ਐਂਟੀ ਹਿਸਟੇਮਾਈਨ ਜਿਹੜੇ ਨੇ ਉਹ ਬਣਨੇ ਜਿਹੜੇ ਉਹ ਬੰਦ ਹੋ ਜਾਂਦੇ ਨੇ, ਉਹਦੇ ਕਰਕੇ ਜਿਹੜਾ ਵੱਡਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ, ਅਤੇ ਉਹ ਕੁਛ ਜਿਹੜਾ ਇਹ ਡਾਕਟਰ ਸਾਹਿਬ ਦੇ ਨਾਲ ਹੋਇਆ ਅਤੇ ਅੱਗੇ ਚੱਲ ਕੇ ਇਹਨਾਂ ਨੂੰ ਦਮੇ ਵਰਗਾ ਹੋ ਗਿਆ ਸੀ? ਦਮੇ ਵਰਗਾ ਹੋ ਗਿਆ ਜੀ, ਹਾਂ ਦਮੇ ਵਰਗ ਹੋ ਗਿਆ ਸੀ, ਤਰ੍ਹਾਂ ਵੀ ਜਦੋਂ ਮਾੜਾ ਪੈਂਦਾ ਦੌਰਿਆਂ ਨੂੰ ਦੌਰਾ ਜਿਹਾ ਕਰਿਆ ਪੈ ਜਾਂਦਾ ਸੀ, ਵੈਸੇ ਵੀ ਗੋਲੀ ਖਾਧਿਆਂ ਸੈੱਟ ਰਹਿੰਦਾ ਨਹੀਂ ਹੈ ਵੀ ਜਦੋਂ ਰਾਤ ਨੂੰ ਨੀਂਦ ਨਹੀਂ ਹੁੰਦੀ, ਜਦੋਂ ਰਾਤ ਨਾਲ ਗੋਲੀ ਨਹੀਂ, ਫਿਰ ਕਈ ਰਾਤ ਨੂੰ ਉੱਠ ਕੇ ਫਿਰ ਖਾਣੀ ਪੈਂਦੀ, ਇਹੋ ਜਿਹਾ ਰਾਤ ਨੂੰ ਵੀ ਅਟੈਕ ਹੋ ਜਾਂਦਾ? ਹੋ ਜਾਂਦਾ। ਤੁਹਾਨੂੰ ਇਹ ਲੱਗਾ ਵੀ ਕਦੇ ਫੇਫੜੇ ਚੈੱਕ ਕਰਕੇ ਦੇਖੇ, ਸਾਹ ਰੋਕ ਕੇ ਦੇਖਿਆ ਵੀ ਕਿੰਨੇ ਕੁ ਪਰਸੈਂਟ ਫੇਫੜੇ ਕੰਮ ਕਰ ਰਹੇ? ਨਹੀਂ ਇਹ ਪਤਾ, ਇਹ ਨਾ ਕਰਕੇ ਦੇਖਿਆ। ਹਾਂਜੀ, ਫੇਫੜੇ ਜੋ ਕੁਛ ਮੇਰੀ ਮੈਨੂੰ ਡਾਕਟਰਸ ਦੇ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਜਦੋਂ ਵੀ ਕਿਤੇ ਬੰਦੇ ਨੂੰ ਇਸ ਤਰ੍ਹਾਂ ਲੱਗਣ ਲੱਗੇ ਮੇਰੇ ਫੇਫੜਿਆਂ 'ਚ ਪ੍ਰੋਬਲਮ ਹੈ ਤਾਂ ਸਾਹ ਰੋਕ ਕੇ, ਇੱਕ ਆਮ ਜਿਹੜਾ ਨੋਰਮਲ ਬੰਦਾ ਹੈਗਾ ਉਹ 45 ਮਿੰਟ ਤੋਂ 1 ਮਿੰਟ ਦੇ ਵਿੱਚ ਵਿੱਚ ਤੱਕ ਉਹ ਸਾਹ ਰੋਕ ਸਕਦਾ, ਜੇ ਉਹ ਬੰਦੇ ਦੇ ਅੰਦਰ ਫੇਫੜੇ ਉਹਦੇ ਨੋਰਮਲ ਠੀਕ ਨੇ ਤਾਂ ਉਹ 45 ਮਿੰਟ ਤੋਂ 1 ਮਿੰਟ ਤੱਕ ਸਾਹ ਰੋਕ ਸਕਦਾ, ਲੇਕਿਨ ਜੇ ਉਹਨੇ ਪਤਾ ਲਗਾਉਣਾ ਹੋਵੇ ਵੀ ਇਹ ਫੇਫੜੇ ਕਿੰਨੇ ਕੁ ਖਰਾਬ ਨੇ ਤਾਂ ਉਹ ਜਿੰਨੀ ਦੇਰ ਸਾਹ ਰੋਕ ਸਕਦਾ ਉੱਨੀ ਦੇਰ ਜਿਹੜੇ ਉਹ ਜਿੰਨਾ ਘੱਟ ਸਾਹ ਰੋਕ ਸਕੇਗਾ ਉਨੇ ਉਹਦੇ ਫੇਫੜੇ ਜਿਹੜੇ ਨੇ ਉਹ ਘੱਟ ਕੰਮ ਕਰ ਰਹੇ ਨੇ, ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ। ਤਾਂ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਕਿ ਜਦੋਂ ਇਸ ਤਰ੍ਹਾਂ ਦੀ ਤੁਹਾਨੂੰ ਅਟੈਕ ਆਉਂਦੇ ਸੀ, ਤੁਸੀਂ ਜਦੋਂ ਪੇਸ਼ੈਂਟਸ ਨੂੰ ਦੇਖ ਰਹੇ ਹੁੰਦੇ ਸੀ ਤਾਂ ਫਿਰ ਉਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੇ ਕਦੇ ਅਟੈਕ ਹੁੰਦੇ ਤਾਂ ਉਹਦਾ ਕੀ ਅਸਰ ਪੈਂਦਾ ਸੀ? ਇਹ ਜੋ ਪਤਾ ਲੱਗ ਜਾਂਦਾ ਸੀ ਪਹਿਲਾਂ ਮਾੜਾ ਮਾੜਾ ਜਦੋਂ ਹੋਣ ਲੱਗਦਾ ਉਹ ਗੋਲੀ ਖਾ ਲਈ ਸੀ ਪਹਿਲਾਂ ਹੀ ਪੇਸ਼ੈਂਟ ਦੇ ਹੁੰਦੇ ਹੀ ਰੱਖੀ ਹੁੰਦੀ ਸੀ ਅੱਗੇ ਪਾਣੀ ਰੱਖਿਆ ਹੁੰਦਾ ਸੀ ਜੋ ਮਾੜਾ ਪਰ ਹੁਣ ਸ਼ੁਰੂ ਹੋ ਜਾਣਾ ਕੰਮ, ਉਹ ਪਹਿਲੇ ਖਾ ਲਏ ਪਰ ਫਿਰ ਵੀ ਪੈ ਜਾਂਦਾ ਹੈ। ਹਾਂਜੀ, ਫਿਰ ਕੰਮ 'ਤੇ ਵੀ ਅਸਰ ਪੈਂਦਾ? ਕੰਮ 'ਤੇ ਅਸਰ ਪੈਂਦਾ ਸੀ, ਫਿਰ ਜੇ ਕਈ ਵਾਰ ਉੱਥੇ ਉੱਠ ਕੇ ਪਾਸੇ ਚੱਲ ਜਾ, ਕਈ ਵਾਰ ਜੋ ਜ਼ਿਆਦਾ ਹੁੰਦਾ ਫਿਰ ਘਰੋਂ ਨਹੀਂ ਖਾਈਦਾ। ਕਦੇ ਕਿਸੇ ਐਂ ਨਹੀਂ ਕਿਹਾ ਵੀ ਡਾਕਟਰ ਨੂੰ ਆਪ ਹੀ ਤਾਂ ਪ੍ਰੋਬਲਮ ਹੈਗੀ, ਆਪ ਤਾਂ ਠੀਕ ਨਹੀਂ ਕਰ ਪਾ ਸਕਦਾ ਅਤੇ ਸਾਨੂੰ ਕੀ ਠੀਕ ਕਰੇ? ਉਹ ਹੋਣ ਲੋਕ ਪੁੱਛਦੇ ਵੀ ਤੇਰੇ ਤਾਂ ਆਪ ਦੀ ਖੰਘ ਬੜੀ ਹੁੰਦੀ, ਤੂੰ ਕਿਸੇ ਦਵਾਈ ਖਾਧੀ ਕੀ ਕੀਤਾ ਸੀ ਪਹਿਲਾਂ ਤੇਰੀ ਹੱਟਦੀ ਨਹੀਂ ਹੁੰਦੀ, ਅਤੇ ਉਹ ਦੱਸੀਦਾ ਵੀ ਜੋ ਦਵਾਈ ਖਾ ਛੱਡੀ ਪਰ ਨਹੀਂ ਫਰਕ ਪੈਂਦਾ ਅਤੇ ਮੁੜ ਕੇ ਬਾਅਦ 'ਚ ਹੁਣ ਤਾਂ ਬਿਲਕੁਲ ਠੀਕ ਆ। ਅਤੇ ਕੁਛ ਖਾਣ ਪੀਣ ਦਾ ਵੀ ਕੋਈ ਟੈਸਟ ਦੇ ਵਿੱਚ ਨਿਕਲ ਕੇ ਆਇਆ ਸੀ ਵੀ ਕੁਛ ਇੱਕ ਚੀਜ਼ਾਂ ਖਾਣ ਦੇ ਨਾਲ ਤੁਸੀਂ ਹਰੀਆਂ ਸਬਜ਼ੀਆਂ ਦੱਸੀਆਂ, ਉਸ ਤੋਂ ਇਲਾਵਾ ਵੀ ਕੁਛ ਆਇਆ ਸੀ? ਇਹ ਸਾਰਾ ਇਹ ਕੋਕ ਤੋਂ ਪਿਆ, ਕੋਕਾ ਕੋਲਾ ਜਿਸ ਤਰ੍ਹਾਂ ਆਪਾਂ ਪੀਂਦੇ ਹਾਂ, ਕੋਈ ਵੀ ਜੇ ਠੰਡਾ ਪੀਂਦੇ ਹਾਂ ਨਾ, ਸਾਰਾ ਇਸ ਤੋਂ ਨੁਕਸ ਪਿਆ। ਇਹ ਅਸੀਂ ਜ਼ਿਆਦਾ ਪੀਂਦੇ ਹੁੰਦੇ ਹਾਂ ਜਦੋਂ ਵੀ ਜਦੋਂ ਆਖਣਾ ਲੈ ਆਓ, ਜੇ ਕਿਸੇ ਨੇ ਆਉਣਾ ਠੰਡਾ ਲੈ ਆਓ, ਉਹ ਪੀ ਕੇ ਅਸਲ 'ਚ ਜ਼ਿਆਦਾ ਅਸਰ ਇਹਨਾਂ ਤੋਂ ਪਿਆ ਮੈਨੂੰ ਚੀਜ਼ਾਂ ਤੋਂ। ਯਾਨੀ ਕਿ ਜਿੰਨੇ ਵੀ ਆਪਾਂ ਕੋਲਡ ਡਰਿੰਕ ਵਗੈਰਾ ਜਿਹੜੇ ਪੀਂਦੇ ਹਾਂ ਉਹ ਇਹ ਪੱਠਾ ਉਹਦਾ ਬਿਠਾਇਆ ਹਜੇ ਵੀ, ਜੇਕਰ ਜ਼ਿਆਦਾ ਪੀ ਕੇ ਹੋ ਜਾਂਦਾ, ਕਈ ਵਾਰ ਪੀ ਲਈਦਾ ਫਿਰ ਪੀਂਦਾ ਨਹੀਂ, ਉਸ ਤਰ੍ਹਾਂ ਮੈਂ ਜੇ ਪੀ ਲਈ ਅਸਰ ਪੈ ਜਾਂਦਾ ਅਜੇ ਵੀ ਪੈ ਜਾਂਦਾ ਉਹਦਾ। ਕੀ ਸਮਝ ਆਇਆ ਵੀ ਕੋਕ ਦੇ ਨਾਲ ਜਾਂ ਜਿੰਨੇ ਵੀ ਕੋਲਡ ਡਰਿੰਕ ਨੇ ਇਹਦੇ ਨਾਲ ਕਿਵੇਂ ਬੋਡੀ ਦੇ ਅੰਦਰ ਖਰਾਬੀ ਆਈ? ਖਰਾਬੀ ਸਮਝ ਲੱਗ ਗਈ ਮੈਂ ਸ਼ਾਇਦ ਜਾਂ ਚਲੋ ਯਾਰ ਦੇ ਬਰਾਬਰ ਗਿਣਿਆ ਮੈਂ ਤੈਨੂੰ ਵੀ ਜਦੋਂ ਮੰਨ ਲਓ ਵੀ ਜੋ ਆਪਣੇ ਪੀ ਲਿਆ ਇੱਕ ਦਿਨ ਪੀ ਲਿਆ ਜਾਂ 2-3 ਵਾਰ ਪੀ ਲਿਆ, ਅਗਲੇ ਦਿਨ ਇਹ ਪ੍ਰੋਬਲਮ ਆਉਣੀ ਜਾਂ ਜ਼ੁਕਾਮ ਲੱਗੂਗਾ ਜਾਂ ਖੰਘ ਆਊਗੀ। ਇਹ ਸ਼ੂਗਰ ਲੈਵਲ ਵੀ ਵਧਾਇਆ ਇਹਨਾਂ ਨੇ? ਸ਼ੂਗਰ ਲੈਵਲ ਸਹੀ ਰਿਹਾ ਹੈ। ਇਸ ਤੋਂ ਇਲਾਵਾ ਵੀ ਕੋਈ ਬੋਡੀ ਦੇ ਵਿੱਚ ਹੋਰ ਕੋਈ ਪ੍ਰੋਬਲਮ ਆਈ ਸੀ ਤੁਹਾਨੂੰ? ਹੋਰ ਵੀ ਜਿਸ ਤਰ੍ਹਾਂ ਮੁੜ ਕੇ ਨਾ ਹੱਥ ਲਾਲ ਜਿਹੇ ਹੋਣ ਲੱਗ ਪਏ ਜਦੋਂ ਜਿਗਰ 'ਚ ਗਰਮੀ ਜਿਹੀ ਪੈ ਜਾਂਦੀ ਹੈ ਨਾ, ਮਤਲਬ ਇਹ ਤਾਂ ਐਲਰਜੀ ਦੇ ਹੀ ਸਾਈਨ ਹੈ ਨਾ, ਅੱਗੇ ਐਲਰਜੀ ਬੋਡੀ ਦੇ ਵਿੱਚ ਫੈਲਣ ਲੱਗ, ਬੋਡੀ ਫੈਲਣ ਲੱਗ ਪਈ, ਤਾਂ ਉਹ ਮੁੜ ਕੇ ਫਿਰ ਉਹ ਵੀ ਨਾਲ ਸਾਰਾ ਕੁਛ ਵੀ ਚੱਕਰ ਚੱਲ ਪਿਆ, ਉਹ ਧੱਫੜ ਵੀ ਹੋਣ ਲੱਗ ਗਏ, ਧੱਫੜ ਵੀ ਹੋਣ ਲੱਗ ਪਏ। ਹਾਂਜੀ, ਅਤੇ ਫਿਰ ਤਾਂ ਸੋਣਾ ਵੀ ਔਖਾ ਹੋ ਗਿਆ ਨਾ, ਦਿਨ ਪੈਣਾ ਵੀ ਔਖਾ, ਆਹ ਸਾੜ ਜਾਂ ਹੱਥਾਂ ਪਰ ਪੈਣ ਲੱਗ ਪਿਆ ਸੀ ਨਾ? ਅੱਛਾ। ਹਾਂਜੀ, ਜਿਵੇਂ ਨਾਲ ਖਾਸ ਨਾਲ ਸਾੜ ਪਈ ਜਾਣਾ, ਇਹ ਚੱਕਰ ਨਾਲ ਮੁੜ ਕੇ ਬਣਨ ਲੱਗ ਪਿਆ ਬਾਅਦ 'ਚ। ਅਤੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਮਹੀਨੇ ਹਫ਼ਤੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਤੁਹਾਨੂੰ ਕਿੰਨਾ ਕੁ ਕੰਮ ਦੇ ਉੱਤੋਂ ਕਿੰਨੀਆਂ ਕੁ ਛੁੱਟੀਆਂ ਕਰਨੀਆਂ ਪੈ ਜਾਂਦੀਆਂ? ਛੁੱਟੀਆਂ ਇਹਨਾਂ ਵੀ ਦਵਾਈ ਦੂਈ ਖਾ ਕੇ ਅੱਜ
ਉਦੋਂ ਵੀ ਕਈ ਵਾਰ ਆ ਜਾਂਦਾ ਹੈ, ਕਈ ਵਾਰ ਕੋਈ ਸੈਂਟਾਕਰ ਵਧੀਆ ਦਵਾਈ ਲੈਣਾ ਹੈ ਉਦੋਂ ਵੀ ਪੈ ਜਾਂਦਾ ਹੈ। ਅੱਛਾ ਹਾਂਜੀ, ਅਤੇ ਜਾਂ ਆਪਾਂ ਘਰੇ ਕੋਈ ਖਾਧੀ ਪੀਤੀ ਚੀਜ਼ ਤੋਂ ਹੀ ਹੋ ਜਾਂਦਾ ਹੈ, ਜਿਸ ਤਰ੍ਹਾਂ ਮਾੜਾ ਤਲੀ ਖੱਟੀ ਚੀਜ਼ ਖਾ ਲਈ ਦੀ ਉਹ ਤੋਂ ਵੀ ਹੋ ਜਾਂਦਾ ਉਸ ਵੇਲੇ। ਹਰੀਆਂ ਸਬਜ਼ੀਆਂ 'ਚ ਕਿਹੜੀ ਕਿਹੜੀ ਸਬਜ਼ੀਆਂ ਵਿੱਚ ਤੁਹਾਨੂੰ ਪ੍ਰੋਬਲਮ ਆਈ? ਪਹਿਲਾਂ ਉਹ ਘੀਆ ਤੋਰੀ ਤੋਂ ਆਈ ਜੀ। ਅੱਛਾ, ਘੀਆ ਤੋਰੀ ਤੋਂ ਬਾਹਰ ਮੁੜ ਕੇ ਫਿਰ ਜਿੰਨੀਆਂ ਵੀ ਹਰੀਆਂ ਕੱਦੂ ਵਗੈਰਾ ਜੋ ਵੀ ਸਭ ਕੁਝ ਉਹ ਸਾਰਿਆਂ ਤੋਂ ਆਉਣ ਲੱਗ ਪਈ। ਕੀ ਇਹ ਸਮਝ ਆਇਆ ਕਿ ਜਿਹੜੀਆਂ ਆਪਾਂ ਦਵਾਈਆਂ ਹਰੀਆਂ ਸਬਜ਼ੀਆਂ ਦੇ ਉੱਤੇ ਪਾ ਰਹੇ ਹਾਂ, ਕਿਉਂਕਿ ਤੁਸੀਂ ਕਿਹਾ ਵੀ ਸਪਰੇਅ ਜੇ ਕੋਈ ਕਰਦਾ ਸੀ ਤਾਂ ਮੈਨੂੰ ਉਹਦਾ ਅਟੈਕ ਆਉਂਦਾ ਸੀ, ਅਤੇ ਜਿਹੜੀਆਂ ਸਬਜ਼ੀਆਂ ਦੇ ਉੱਤੇ ਆਪਾਂ ਦਵਾਈਆਂ ਪਾਉਂਦੇ ਹਾਂ ਕਿ ਉਹ ਜਦੋਂ ਆਪਾਂ ਸਬਜ਼ੀਆਂ ਖਾਂਦੇ ਹਾਂ ਤਾਂ ਫਿਰ ਉਹੀ ਸਪਰੇਅ ਜਿਹੜਾ ਜੇ ਨਹੀਂ ਸਹੀ ਢੰਗ ਨਾਲ ਉੱਤੋਂ ਉਤਰਿਆ ਹੋਏਗਾ ਤਾਂ ਉਹ ਬੋਡੀ ਦਿੰਦਾ ਜਾਏਗਾ, ਉਹ ਵੀ ਤੁਹਾਨੂੰ ਅਟੈਕ ਕਰ ਰਿਹਾ ਸੀ? ਹਾਂਜੀ, ਉਹੀ ਕਰ ਰਿਹਾ ਸੀ। ਜਿਸ ਤਰ੍ਹਾਂ ਹੁਣ ਮੰਨ ਲਓ ਬਤਾਊਂ ਉਹਨੂੰ ਸਪਰੇਅ ਬਹੁਤ ਜ਼ਿਆਦਾ ਹੁੰਦੀ, ਜਿਸ ਤਰ੍ਹਾਂ ਬੇਮੌਸਮੀ ਗੋਭੀ ਆ ਜਾਂ ਸਾਗ ਵੀ ਹੁਣ ਜਿਹੜਾ ਖਾਂਦੇ ਆ, ਇਹ ਵੀ ਅਟੈਕ ਕਰਨਾ ਹੀ ਕਰਨਾ ਇਹਨੇ, ਅਤੇ ਇਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਹੁਣ ਪਰਹੇਜ਼ ਵੀ ਇਹ ਚੀਜ਼ਾਂ ਨਹੀਂ ਖਾਈਦੀਆਂ ਹਨ। ਹਾਂਜੀ, ਅਤੇ ਤੁਸੀਂ ਹੁਣ ਤੁਸੀਂ ਜਰਾ ਦੱਸੋ ਕਿ ਇਹ ਜਦੋਂ ਇਹ ਸਾਰੇ ਕਿੰਨੀ ਕੁ ਦੇਰ ਦਵਾਈ ਖਾਧੀ ਫਿਰ ਤੁਸੀਂ ਇਹ ਸਾਰੀ? ਇਹ ਕਿਹੜੀ ਆ ਜਿਹੜੀ ਆਪ ਜਿਹੜੀ ਤੁਸੀਂ ਉਹ 2 ਸਾਲ ਦੇ ਕਰੀਬ ਖਾਧੀ ਆ ਜੀ? 2 ਸਾਲ ਦੇ ਕਰੀਬ ਜਿਹੜੀ ਆ ਉਹ ਦਵਾਈਆਂ ਖਾਂਦੇ ਰਹੇ ਅਤੇ ਆਰਾਮ ਨਹੀਂ ਆਇਆ? ਨਹੀਂ, ਆਰਾਮ ਨਹੀਂ ਉਹਦਾ ਆਇਆ ਜੀ, ਬਸ ਉਹ ਟੈਂਪਰੇਲੀ ਆ ਜਾਂ ਨਜ਼ਰ ਖਾਲੀ ਹੋਣਾ ਚਾਹੀਦਾ, ਸਰ ਮੁੜ ਕੇ ਕੋਈ ਅਸਰ ਨਹੀਂ ਉਹਦਾ। ਹਾਂਜੀ, ਹੁਣ ਦੱਸੋ ਕਿ ਫਿਰ ਹੁਣ ਤੁਸੀਂ ਕਹਿ ਰਹੇ ਹੋ ਵੀ ਹੁਣ ਠੀਕ ਹੋ, ਕਿਵੇਂ ਹੋ ਗਏ? ਮੈਂ ਮੁੜ ਕੇ ਫਿਰ ਆਪਣੇ ਸਾਡੇ ਪਿੰਡੋਂ ਸਭਰਾਵਾਂ ਤੋਂ ਬਹੁਤ ਜ਼ਿਆਦਾ ਨਾ ਇੱਥੇ ਆਉਂਦੀਆਂ ਹੁੰਦੀਆਂ ਬੱਸਾਂ ਭਰ ਕੇ, ਮਰੀਜ਼ ਬਹੁਤ ਜ਼ਿਆਦਾ ਆਉਂਦੇ ਹੁੰਦੇ ਡਾਕਟਰ ਭੁੱਲਰ ਸਾਹਿਬ ਕੋਲ। ਇੱਥੇ ਆਉਂਦੇ ਸੀ ਅਤੇ ਰਣਜੀਤ ਸਿੰਘ ਅਤੇ ਮੁਖਤਾਰ ਸਿੰਘ ਵੀ ਆਉਂਦੇ ਹੁੰਦੇ, ਇਹਨਾਂ ਮੈਨੂੰ ਕਹਿਣਾ ਦਵਾਈ ਪੀ ਲਾ ਦਵਾਈ ਪੀ ਲਾ ਦਵਾਈ ਪੀ ਲਾ, ਤਾਂ ਮੈਂ ਕਹਿਣਾ ਰੁਮਾਲ ਤਾਂ ਆਉਣਾ ਨਹੀਂ ਪੀਣੀ ਸਾਡੀ, ਜਾਂ ਗਰੰਟੀ ਦਿਓ, ਅਤੇ ਨਾ ਚੱਲ ਅਸੀਂ ਪੈਸੇ ਤਾਂ ਲੈਂਦੇ ਫ੍ਰੀ ਦੇ ਪੀ ਲਾ ਤੂੰ। ਮੈਂ ਮੁੜ ਕੇ ਦਵਾਈ ਸ਼ੁਰੂ ਕਰਤੀ, ਮੈਨੂੰ ਥੋੜ੍ਹਾ ਮਹਿਸੂਸ ਹੋਇਆ ਜਿੱਥੇ 4-5 ਗੋਲੀਆਂ ਖਾਂਦਾ ਉਹ 2 ਗੋਲੀਆਂ ਹੋ ਗਈਆਂ ਮੁੜ ਕੇ ਮੇਰੀਆਂ ਕਰਦਿਆਂ। ਫਿਰ ਸ਼ਨੀਵਾਰ ਇੱਥੇ ਮੀਟਿੰਗ 'ਤੇ ਆਉਂਦਾ, ਸ਼ਨੀਵਾਰ ਨਾਲ ਇਹਨਾਂ ਦੇ ਆ ਗਿਆ ਮੈਂ ਇੱਥੇ ਆ ਕੇ, ਜੋ ਇਹਨਾਂ ਕਹਿਣਾ ਲੰਮਾ ਸਾਹ ਲਓ, ਲੰਮਾ ਸਾਹ ਖਿੱਚ ਕੇ ਬੰਦ ਕਰੋ, ਅਤੇ ਮੁੜ ਕੇ ਫਿਰ ਇਹਨੇ ਛਡਾਇਆ, ਜੋ 2-3 ਵਾਰਾਂ ਕੀਤਾ ਮੈਨੂੰ ਬੜਾ ਮਹਿਸੂਸ ਹੋਇਆ ਵੀ ਵਾਹਵਾ ਠੀਕ ਹੋ ਗਿਆ ਉਹਨਾਂ। ਫਿਰ ਇਸ ਤਰ੍ਹਾਂ ਹੀ ਮੈਂ ਘਰ ਜਾ ਕੇ ਵੀ ਕਰਦਾ ਨਾਲ ਦਵਾਈ ਪੀਂਦਾ ਰਿਹਾ, ਅਤੇ ਫਿਰ ਮਹੀਨੇ 'ਚ ਬਿਲਕੁਲ ਸਹੀ ਹੋ ਗਿਆ ਮੈਂ, ਸਾਹ ਚੜ੍ਹਨਾ ਹੀ ਬੰਦ ਹੋ ਗਿਆ ਤੁਰੀ, ਫਿਰ ਜਿਸ ਤਰ੍ਹਾਂ ਮਰਜ਼ੀ ਪਹਿਲਾਂ ਪੈਲੀ ਪੁਲ ਠੇਕੇ ਜਿਹਦੀ, ਮੁੜ ਕੇ ਫਿਰ ਉਹ ਵਾਈ ਵੀ ਮੈਂ ਕਰ ਲੱਗ ਪਿਆ ਬਾਅਦ 'ਚ, ਉਦੋਂ ਵਾਈ ਵੀ ਆਪ ਕਰਨ ਲੱਗ ਪਿਆ? ਫਿਰ ਵਾਈ ਵੀ ਉਦੋਂ ਬਾਅਦ 'ਚ ਆਪ ਕਰਨ ਲੱਗ ਪਏ, ਅਤੇ ਬਾਅਦ ਦੇ ਵਿੱਚ ਵੀ ਕੰਮ ਮੁੜ ਕੇ ਦੁਕਾਨ ਦਾ ਵਧੀਆ ਚੱਲ ਪਿਆ, ਫਿਰ ਪੈਲੀ ਮੈਂ ਠੇਕੇ ਦੇ ਦੀ ਜੋ ਪਾ ਲਾ ਦੁਕਾਨ 'ਤੇ ਹੁਣ ਕੰਮ 'ਚ ਬਹਿ ਜਾਈਦਾ ਆਪਦੇ, ਅਤੇ ਉਸ ਤੋਂ ਬਾਅਦ ਮੁੜ ਕੇ ਫਿਰ ਦਵਾਈ 3 ਮਹੀਨੇ ਪੀਣੀ, ਮੈਂ 2 ਮਹੀਨੇ ਪੀਤੀ, 2 ਮਹੀਨੇ ਪਰ ਉਹਨੂੰ 2 ਸਾਲ ਹੋ ਗਏ ਜੁਕਾਮ ਨਹੀਂ ਕਈ ਲੱਗਾ ਨਹੀਂ, ਜਿੱਦਣ ਮੈਨੂੰ ਲੱਗਿਆ ਵੀ ਜੁਕਾਮ ਹੁਣ ਲੱਗਣਾ ਵਾ, ਮੈਂ ਪਹਿਲਾਂ ਹੀ ਤੁਲਸੀ ਅਤੇ ਜਿਹੜੀ AMD ਆ ਇਹ ਪੀ ਲਈ ਦੀ, ਜੇ ਕੋਈ ਹੋਰ ਵੀ ਪ੍ਰੋਬਲਮ ਜਾਂ ਫਿਰ ਗਲੋ ਘਰੇ ਰੱਖ, ਸਾਰੀਆਂ ਚੀਜ਼ਾਂ ਖੋਲ੍ਹ ਕੇ ਰੱਖੀਆਂ, ਜੇ ਕਿਸੇ ਨੂੰ ਕਿਤੇ ਬੁਖਾਰ ਹੁੰਦਾ ਸਭ ਉਸ ਵੇਲੇ ਖੋਲ੍ਹ ਕੇ ਪਿਆ ਦੀ ਅਤੇ ਬਿਲਕੁਲ ਰਮਾਨ ਆ ਜਾਂਦਾ। ਅੱਛਾ, ਕੀ ਦਵਾਈਆਂ ਕਿਹੜੀ ਕਿਹੜੀ ਦਿੱਤੀਆਂ ਡਾਕਟਰ ਭੁੱਲਰ ਨੂੰ ਆ ਕੇ ਮਿਲੇ ਸੀ ਇੱਥੇ? ਹਾਂਜੀ, ਭੁੱਲਰ ਸਾਹਿਬ ਨੂੰ ਮਿਲ ਕੇ ਸਲਾਹ ਲਈ ਹੈ ਕਿ ਮਿਲੇ ਇਹਨਾਂ ਨੂੰ, ਕੀ ਕਿਹਾ ਉਹਨਾਂ ਨੇ? ਉਹਨਾਂ ਨੂੰ ਕਿਹਾ ਵੀ AMD ਤੁਲਸੀ ਵੀ ਵਰਤਣ ਡਿਆ, ਇਹਨਾਂ ਕਿਹਾ ਨਾਲ I+ ਲੈ ਲਓ, ਨਾਲ ਨਮਕ ਲੈ ਲਓ। ਅੱਛਾ, ਨਹੀਂ ਨਹੀਂ, ਤੁਸੀਂ ਜਦੋਂ ਦਵਾਈ ਲਿੱਤੀਆਂ ਸੀਗੀਆਂ ਸਭ ਤੋਂ ਪਹਿਲਾਂ ਕਿਹੜੀ ਸਟਾਰਟ ਕੀਤੀ? ਸਭ ਤੋਂ AMD ਤੁਲਸੀ ਕੀਤੀ ਜੀ। ਸਿਰਫ AMD ਅਤੇ ਤੁਲਸੀ? ਹਾਂਜੀ, ਇਹ ਦੋਵੇਂ ਕੀਤੀਆਂ। ਅੱਛਾ, ਇਹਨਾਂ ਉਹਦੇ ਕਿੰਨੀ ਦੇਰ ਦੇ ਵਿੱਚ ਤੁਹਾਨੂੰ ਲੱਗਾ ਵੀ ਕੁਛ ਫਰਕ ਹੈ? ਉਹ ਦੂਜੇ ਤੀਜੇ ਦਿਨ ਮੈਨੂੰ ਜਿੱਥੇ 4-5 ਗੋਲੀਆਂ ਖਾਣਾ ਅਤੇ 2 ਗੋਲੀਆਂ 'ਤੇ ਆ ਗਿਆ ਮੈਂ। ਅੱਛਾ, ਹਾਂਜੀ, ਮੈਨੂੰ ਬਹੁਤ ਛੇਤੀ ਅਸਰ ਕੀਤਾ ਦਵਾਈ ਇਹਨੇ। ਕਿਹੜੀ ਕਿਹੜੀਆਂ ਗੋਲੀਆਂ ਖਾਂਦੇ ਹੁੰਦੇ ਸੀ? ਮੈਟੀਲੋਕਾਸ ਸਾਲਟ ਵਾਲੀਆਂ ਲਿਵੋਸਿਟਰੀਜ਼ ਜੀਆਂ, ਨਾ ਮੋਂਟੀਲੋਕਾਸ ਅਤੇ ਲਿਵੋਸਿਟਰੀਨ ਦਾ ਜਿਹੜਾ ਕੰਬੀਨੇਸ਼ਨ ਹੁੰਦਾ ਉਹ ਲੈਂਦੇ ਹੁੰਦੇ ਸੀ? ਇਹ ਤਾਂ ਬੜਾ ਖਤਰਨਾਕ ਹਾਈ ਲੈਵਲ ਦਾ ਹੁੰਦਾ, ਕਿੰਨੀਆਂ ਗੋਲੀਆਂ ਲੈਂਦੇ ਸੀ? ਇਹ 5 ਗੋਲੀਆਂ ਤਾਂ ਚਲ ਗਿਆ ਸੀ ਦਿਹਾੜੀ, 5 ਗੋਲੀਆਂ 1 ਦਿਨ ਦੇ ਵਿੱਚ, 1 ਗੋਲੀ ਵੀ ਬੜੀ ਖਤਰਨਾਕ ਹੁੰਦੀ। ਹਾਂਜੀ, ਤੋ ਉਹਨਾਂ ਸਰੀਰ ਕਮਜ਼ੋਰ ਸੀ, ਮੁੜ ਕੇ ਜੇ ਪੀਣੀ ਸ਼ੁਰੂ ਕਰਤੀ ਫਿਰ 2-3 ਮਹੀਨੇ ਪੀਤੇ ਫਿਰ ਸਾਹ ਸੂਹ ਚੜ੍ਹਨ ਬਿਲਕੁਲ ਹਟ ਗਿਆ ਮੈਨੂੰ। ਅਤੇ ਜਿਹੜੇ ਤੁਸੀਂ ਨਾਲ ਦੱਸ ਰਹੇ ਬੈਟਨੀਸੋਲ ਵੀ ਲੈ ਰਹੇ? ਉਹ ਫਿਰ ਕੋਈ ਚੀਜ਼ ਉਹ ਤੋਂ ਬਾਅਦ ਖਾਧੀ ਨਹੀਂ, ਹੁਣ ਨਾ ਕਿ ਲਿਵੋਸਿਟਰੀਜ਼ ਨੂੰ ਕਰੀ ਖਾਧੀ ਨਹੀਂ ਮੈਂ, ਹੁਣ ਜਿੱਦਣ ਮੈਨੂੰ ਲੱਗਿਆ ਜਾਂ ਜਦੇ ਤਲੀ ਖੱਟੀ ਚੀਜ਼ ਖਾਣੀ ਜੇ ਜਾਣਾ ਆਉਣਾ ਘਰੋਂ ਤੁਲਸੀ ਪੀ ਲਈ ਦੀ ਪਹਿਲਾਂ ਪਾ ਕੇ ਆ ਕੇ ਫਿਰ ਆ ਨੂੰ ਪੀ ਲਈ ਦੀ ਆ, ਅਤੇ ਘਰੇ ਵੀ ਜਿਹਨੂੰ ਮਾੜਾ ਮੋੜ ਕੋਈ ਨੁਕਸ ਪੈਣ ਲੱਗੇ ਉਸ ਨੂੰ ਇਹੋ ਪਿਆਉਣੀ, ਅੰਗਰੇਜ਼ੀ ਦਵਾਈ ਬਹੁਤ ਘੱਟ ਵਰਤੀ ਦੀ ਨੀਗੀ। ਜਦੋਂ ਡਾਕਟਰ ਭੁੱਲਰ ਦੇ ਕੋਲ ਆਏ ਸੀ ਤੁਸੀਂ ਤਾਂ ਉਦੋਂ ਤੁਸੀਂ ਪਹਿਲਾਂ AMD ਅਤੇ ਤੁਲਸੀ ਲਈ, ਦੈਨ ਫਿਰ ਹੋਰ ਕੋਈ ਹੋਰ ਦਵਾਈਆਂ ਵੀ ਐਡ ਹੋਈਆਂ? ਇਹਨਾਂ ਨੇ ਮੁੜ ਕੇ ਆ ਕੇ ਫਿਰ ਇੱਕ ਨਮਕ ਅਤੇ ਇੱਕ I+ ਕਰਤਾ ਸ਼ੁਰੂ ਨਾਲ। I+ ਅਤੇ ਨਮਕ, I+ ਡਰੋਪਸ ਨੇ? ਡਰੋਪਸ, ਹਾਂਜੀ, ਉਹ 10-10 ਬੂੰਦਾਂ ਕਿਹਾ 3 ਵਾਰਾਂ ਲੈਣੀਆਂ, ਨਾਲ ਫਿਰ ਉਹ ਵੀ ਸ਼ੁਰੂ ਕਰਤੀ ਮੈਂ। ਨਮਕ ਕਿਵੇਂ ਲਿਆ? ਨਮਕ ਇਹਨਾਂ ਕਿਹਾ ਚੁਟਕੀ 1 ਸਵੇਰੇ ਕੋਸੇ ਪਾਣੀ 'ਚ ਪਾ ਕੇ ਪੀਣਾ, ਤੋ ਉਸ ਤਰ੍ਹਾਂ ਜਿਹੜੀ ਸਲਾਦ ਜਾਂ ਕੋਈ ਵੀ ਚੀਜ਼ ਖਾਣੀ ਉਹਦੇ ਉੱਤੇ ਪਾ ਕੇ ਖਾਓ, ਅਤੇ ਸਬਜ਼ੀ 'ਚ ਵੀ ਇਹੋ ਵਰਤੋਂ, ਮੁੜ ਕੇ ਪੱਕਾ ਇਹੋ ਵਰਤੀ ਦਾ। ਹਾਂਜੀ, ਕੁਛ ਚੀਜ਼ਾਂ ਬੰਦ ਵੀ ਕਰਵਾਈਆਂ? ਬੰਦ ਇਹਨਾਂ ਤਲੀਆਂ ਖੱਟੀਆਂ ਚੀਜ਼ਾਂ ਬੰਦ ਕਰਾਈਆਂ ਸੀ, ਜਿਸ ਤਰ੍ਹਾਂ ਵੀ ਕੋਕ ਅੱਗ ਨਹੀਂ ਪੀਣਾ ਜਾਂ ਚਾਹ ਬਹੁਤ ਘੱਟ ਪੀਣੀ, ਚਾਹ ਵੀ ਛੱਡਾ ਛੱਡਾ। ਦੁੱਧ ਵੀ ਬੰਦ ਕਰਾ? ਦੁੱਧ ਵੀ ਬੰਦ ਕਰਾਇਆ ਇਹਨਾਂ। ਹਾਂਜੀ, ਅਤੇ ਕਿੰਨੀ ਦੇਰ ਬਾਅਦ ਫਿਰ ਤੁਹਾਨੂੰ ਲੱਗਿਆ ਵੀ ਬਿਲਕੁਲ 2 ਸਾਲ ਤੁਸੀਂ ਪੂਰੇ ਸੰਤਾਪ ਹੋ ਗਿਆ, ਅਤੇ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਹਾਨੂੰ ਲੱਗਿਆ ਵੀ ਹੁਣ ਮੈਂ
ਜਿਹੜੀ ਜਿਹੜੀ ਤੁਹਾਨੂੰ ਪ੍ਰੋਬਲਮ ਆਈ ਤੁਸੀਂ ਠੀਕ ਹੋ ਗਏ, ਅਤੇ ਉਸ ਚੀਜ਼ ਦਾ ਤੁਸੀਂ ਨੁਸਖਾ ਜਿਹੜਾ ਉਹ ਆਪਣੇ ਮਰੀਜ਼ਾਂ 'ਤੇ ਵੀ ਅਪਣਾਇਆ? ਹਾਂਜੀ ਅਪਣਾਇਆ, ਜਿਹੜੇ ਹੋਰ ਹੀ ਹਸਪਤਾਲ 'ਚੋਂ ਬਹੁਤ ਮਸ਼ਹੂਰ ਆ ਅੰਮ੍ਰਿਤਸਰ ਦਾ, ਉੱਥੋਂ ਜਿਹੜੇ ਜਾਂ ਉਹ ਮਰੀਜ਼ਾਂ ਦਵਾਈ ਵੀ ਛਡਾਈ ਮੈਂ। ਕਿਹੜੀ ਐਲਰਜੀ ਛਡਾਈ? ਉਹ ਨੁਕਸੇ ਜਿੰਨਾ ਹੁੰਦਾ ਉਹ ਤਿੰਨਾਂ ਮਰੀਜ਼ਾਂ ਨੂੰ ਮੈਂ ਫਰਕ ਪਵਾਇਆ, ਵੀ ਉਹਨਾਂ ਬਿਲਕੁਲ ਸਹੀ ਹੋ ਗਏ। ਹੁਣ ਜਦੋਂ ਦਵਾਈ ਰੱਖਦੇ ਜਦੋਂ ਕਿਤੇ ਨੁਕਸ ਪੈਂਦਾ ਤਾਂ ਉਦੋਂ ਪੀ ਲੈਂਦੇ, ਬਿਲਕੁਲ ਠੀਕ, ਸਾਰੀ ਦਵਾਈ ਛੱਡ ਗਏ ਉਹ। ਤਾਂ ਸਰੀਰ ਵੀ ਜਿਹੜੇ ਆਉਂਦੇ ਘਰੇ ਕੰਮ ਨਹੀਂ ਹੁੰਦਾ, ਵੀ ਬਹਿ ਗਏ ਲੇਡੀਜ਼ ਉਹਨਾਂ ਪਿਆਈ ਸੀ ਤਾਂ ਕਹਿੰਦੇ ਕੰਮ ਤੋਂ ਡਰਦੀਆਂ ਫਿਰਦੀਆਂ, ਹੁਣ ਕੰਮ ਵੀ ਘੋੜਿਆਂ ਵਾਂਗ ਘਰੇ ਭੱਜੀਆਂ ਹੈਗੀਆਂ। ਮੈਂ ਮੈਂ ਜਦੋਂ ਲਾਸਟ ਟਾਈਮ ਦੇ ਉੱਤੇ ਜਦੋਂ ਡਾਕਟਰ ਭੁੱਲਰ ਦੀਆਂ ਸਾਇੰਸ ਕਲਾਸਾਂ ਲੱਗ ਰਹੀਆਂ ਸੀ, ਉਹਦੇ 'ਚ ਮੈਂ ਤੁਹਾਨੂੰ ਮਿਲਿਆ ਸੀ, ਅਤੇ ਉਦੋਂ ਤੁਹਾਡੀ ਛੋਟੀ ਜਿਹੀ ਇੱਕ ਇੰਟਰਵਿਊ ਵੀ ਕੀਤੀ ਸੀ, ਤੁਸੀਂ ਸਾਇੰਸ ਕਲਾਸਾਂ ਲਾ ਰਹੇ ਸੀ? ਸਾਇੰਸ ਕਲਾਸਾਂ ਲਾ ਰਹੀ ਸੀ, ਲਾਈਆਂ 6 ਕਲਾਸਾਂ ਲਾਈਆਂ ਅੱਗੇ ਮੈਂ, ਤਾਂ ਜੋ ਸਰਟੀਫਿਕੇਟ ਹੁਣ ਫਿਰ ਗਾਂ ਨਵੀਆਂ ਵੀ ਲਾਉਣ ਡੇ ਸਾਰੀਆਂ। ਅਤੇ ਉਹਦੇ 'ਚ ਤੁਸੀਂ ਕੀ ਹਾਸਲ ਕੀਤਾ? ਤੁਸੀਂ ਉਹ 'ਚ ਬਹੁਤ ਕੁਝ ਹਾਸਲ ਕੀਤਾ, ਉਹ 'ਚ ਬੜਾ ਪਤਾ ਲੱਗ ਗਿਆ ਵੀ ਆਪਾਂ ਅੰਗਰੇਜ਼ੀ ਦਵਾਈਆਂ ਦਾ ਕੀ ਪ੍ਰਭਾਵ ਆਪਣੇ 'ਤੇ ਕੀ ਵੀ ਹੁੰਦਾ ਸਾਰਾ ਜੋ ਦੱਸਦੇ ਆਪਾਂ ਨੂੰ, ਵੀ ਕਿਹੜੇ ਕਿਹੜੇ ਸਰੀਰ 'ਤੇ ਕਿਹੜਾ ਕਿਹੜਾ ਅਸਰ ਆਪਣੇ ਪੈਣ ਡਿਆ, ਤਾਂ ਉਹ ਫਿਰ ਗੱਲਾਂ ਜਿਹੜੀਆਂ ਬਹੁਤ ਇਹਨਾਂ ਸੁਣ ਕੇ ਅੱਧਾ ਕੁ ਬੰਦਾ ਗੱਲਾਂ ਨਾਲ ਸਹੀ ਹੋ ਜਾਂਦਾ ਗਾਂ, ਫਿਰ ਉਹ ਸਿੱਖ ਕੇ ਰਹੇ ਗਾਂ ਮਰੀਜ਼ਾਂ ਦੇ ਤਜਰਬਾ ਕਰੀ ਦਾ ਬਹੁਤ ਜ਼ਿਆਦਾ ਫਰਕ ਪਿਆ ਮਿਲਦਾ। ਨਹੀਂ ਪਰ ਉਦੋਂ ਡਰ ਨਹੀਂ ਲੱਗਿਆ ਜਦੋਂ ਤੁਸੀਂ ਦੇਖਿਆ ਵੀ ਅੰਗਰੇਜ਼ੀ ਦਵਾਈਆਂ ਦਾ, ਅਤੇ ਮੈਂ ਤਾਂ 5-5 ਗੋਲੀਆਂ ਖਾਂਦਾ ਰਿਹਾ ਅਤੇ ਮੇਰਾ ਤਾਂ ਸੱਤਿਆਨਾਸ ਹੋ ਜਾਣਾ ਸੀਗਾ। ਹਾਂਜੀ ਹੋ ਜਾਣਾ ਜੀ, ਪੱਕਾ ਜੀ, ਇੰਨਾ ਚਿਰ ਕੱਢਿਆ ਕਿੱਥੇ ਜਾਣਾ ਹੈ, ਜ਼ਿਆਦਾ ਟਾਈਮ ਨਹੀਂ ਸੀ, ਜਿਹੜੇ ਹਿਸਾਬ ਨਾਲ ਹੈਗਾ ਵੀ ਤੁਰਿਆ ਵੀ ਨਹੀਂ ਜਾਂਦਾ, ਸਾਹ ਚੜ੍ਹਦਾ ਪੈਂਦਾ ਹੈ, ਜਦੋਂ ਚੀਜ਼ ਕੋਈ ਪਾਈਦੀ ਨਹੀਂ, ਨਾ ਕੋਈ ਫਲ ਫਰੂਟ ਖਾ ਸਕੀਦਾ ਹੈ, ਇਮਿਊਨਿਟੀ ਵੀ ਡਾਊਨ ਹੋ ਜਾਂਦੀ ਹੋ ਗਈ ਹੋਣੀ? ਬਿਲਕੁਲ ਡਾਊਨ ਸੀ ਜਦੋਂ। ਹਾਂਜੀ, ਅਤੇ ਫਿਰ ਇਸ ਤੋਂ ਇਲਾਵਾ ਹੁਣ ਜਦੋਂ ਤੁਸੀਂ ਆਪ ਠੀਕ ਹੋ ਗਏ, ਕਿੰਨੇ ਕੁ ਪੇਸ਼ੈਂਟ ਨੂੰ ਹੁਣ ਤੱਕ ਤੁਸੀਂ ਜਿਹੜਾ ਇਹ ਜੋ ਇੱਥੋਂ ਸਿੱਖਿਆ ਉਸਦਾ ਇਲਾਜ ਤੁਸੀਂ ਦੇ ਚੁੱਕੇ? ਮੈਂ ਘੱਟੋ ਘੱਟ 100 ਮਰੀਜ਼ ਨੂੰ ਦਵਾਈ ਇਹੋ ਦੇ ਚੁੱਕਾ, ਅਤੇ ਡਾਇਰੀ ਮੇਰੇ ਕੋਲ ਲਿਖੀ ਵੀ ਸਾਰਿਆਂ ਨਾਮ ਵਗੈਰਾ ਸਭ ਕੁਝ ਲਿਖਿਆ, ਕੋਈ ਟਾਈਫਾਇਡ ਪੁਰਾਣੇ ਤੋਂ ਪੁਰਾਣੇ ਵਾਲਾ, ਗੈਂਠੀਆਂ ਜਿਹਨਾਂ ਗੋਡਿਆਂ ਦੇ ਜਿਹੜਾ ਜਾਮ ਸੀ ਉਹਨਾਂ ਨੂੰ ਦੇ ਚੁੱਕੇ ਹਾਂ, ਗੱਠੀਆਂ ਵਾਲੇ ਨੂੰ, ਜਿਹੜੇ ਗੋਡਿਆਂ ਵਾਲੇ ਨੂੰ ਵੀ ਜਿੰਨਾ ਜਾਮ ਸੀ, ਹੋਰ ਇੱਕ ਸਾਡੇ ਪਿੰਡ ਦਾ ਬਜ਼ੁਰਗ ਆ ਅਤੇ ਉਹ ਮੰਜੇ 'ਤੇ ਬੈਠੀ, ਹੁਣ ਉਹ ਡਾਂਗ ਸੁੱਟ ਕੇ ਭੱਜੀ ਫਿਰਦੀ ਆ, ਮਤਲਬ ਡਾਂਗ ਸੁੱਟ ਕੇ ਭੱਜੀ ਫਿਰਦੀ ਆ, ਗੋਡੇ ਠੀਕ ਹੋ ਗਏ? ਗੋਡੇ ਠੀਕ ਹੋ ਗਏ ਆ। ਕੀ ਕੀ ਦਿੱਤਾ ਸੀ ਉਹਨੂੰ? ਗਿੱਦੜ ਸਿੰਘ ਹੀ ਦਿੱਤੀ ਸੀ? ਹਾਂਜੀ, ਗਿੱਦੜ ਸਿੰਘ ਜੀ, ਭੁੱਲਰ ਸਾਹਿਬ ਵਾਲੀ ਜੀ, ਗਿੱਦੜ ਸਿੰਘ ਜੀ ਮਤਲਬ AMD। ਹਾਂਜੀ, ਨਾਲ ਉਹਨਾਂ ਨੂੰ ਮੈਂ AMD 'ਚ ਨਾਲ ਹਲਦੀ ਅਤੇ ਨਾਲ ਬੋਲਰ 'ਚ ਕੈਪਸੂਲ ਦਿੱਤਾ ਸੀ। ਹਾਂਜੀ, ਬਜ਼ੁਰਗ ਜਿਹੜੀ ਉਹ ਭੱਜੀ ਵੀ, ਕਿੰਨੀ ਉਮਰ ਦੀ? ਉਹਦੀ ਉਮਰ ਹੋ ਗਈ 70-75 ਸਾਲ ਦੀ ਹੋ ਗਈ ਜੀ। ਅਤੇ ਉਹ ਬਾਪੂ ਹਰਬੰਸ ਸਿੰਘ ਵਾਂਗੂ ਭੱਜੀ ਫਿਰਦੀ? ਹਰਬੰਸ ਸਿੰਘ ਭੱਜੀ ਫਿਰਦੀ ਜੀ, ਜਿਸ ਤਰ੍ਹਾਂ 500 ਗੋਡਿਆਂ ਨੂੰ ਪੀੜਤੀ, ਇਸੇ ਤਰ੍ਹਾਂ ਉਹ ਸੀ, ਉਹ ਜਾਰੀ ਸੀ। ਉਹ ਰਾਮ ਦਵਾਈ ਮੇਰੇ ਕੋਲ ਲਾਉਣ, ਟੀਕਾ ਲਾਉਣ ਰੋਜ਼ ਹੀ ਆਉਂਦੇ ਹੁੰਦੇ ਗੋਡਿਆਂ ਦਾ, ਅਤੇ ਉਹਨੇ ਰੇੜੀ 'ਚ ਲੱਦ ਕੇ ਲਿਆਉਂਦੇ ਹੁੰਦੇ। ਤਾਂ ਮੁੜ ਕੇ ਇੱਕ ਦਿਨ ਅਸੀਂ ਮੇਲੇ 'ਚ ਗਏ, ਉੱਥੇ ਪਿੰਡ ਗੁਰਦੁਆਰੇ ਮੱਥਾ ਟੇਕਣ ਗਏ, ਨਾਲ ਨਵਾਂ ਆਉਂਦੇ ਆ, ਸਾਡੇ ਨਾਲ ਕਾਇਮ ਹੋ ਗਈ ਹੈ ਇਹ। ਉਹ ਬੇਬੇ ਨਾਲ ਸਾਨੂੰ ਮਿਲਾਓ, ਫਿਰ ਅਸੀਂ ਉਹਨੂੰ ਗੱਲਬਾਤ ਕਰ ਸਕੀਏ। ਹਾਂ, ਮਿਲਾ ਰਹੇ, ਕੋਈ ਗੱਲ ਨਹੀਂ। ਹਾਂ, ਬਾਕੀ ਦਰਸ਼ਕਾਂ ਨੂੰ ਇਹ ਦੱਸੀਏ ਕਿ ਜਿਹਨੂੰ ਰੇੜੀ 'ਚ ਪਾ ਕੇ ਲਿਆਇਆ ਜਾ ਰਿਹਾ ਸੀਗਾ, ਉਹ ਅੱਜ ਬਾਪੂ ਹਰਬੰਸ ਸਿੰਘ ਨਾਲੋਂ ਵੀ ਕਹਿੰਦੇ ਤੁਸੀਂ ਦੱਸ ਰਹੇ ਸੀ ਵੀ ਹਾਲ, ਉਹਨਾਂ ਨੂੰ ਵੀ ਮਾੜੀ ਹਾਲਤ ਸੀ? ਉਹਨਾਂ ਨੂੰ ਮਾੜੀ ਹਾਲਤ ਸੀ, ਉਹਦੀ ਸਰੀਰ ਭਾਰਾ, ਉਹਨਾਂ ਨੂੰ ਮਾੜੀ ਹਾਲਤ ਸੀ। ਅੱਛਾ, ਹਾਂਜੀ। ਇਸ ਤੋਂ ਇਲਾਵਾ ਕੋਈ ਹੋਰ ਭਿਆਨਕ ਰੋਗ ਦੀ ਮਰੀਜ਼ ਠੀਕ ਹੋਇਆ ਤੁਹਾਡੇ? ਭਿਆਨਕ ਮਰੀਜ਼ ਇੱਕ ਇੱਥੇ ਨਾ ਹੈਗਾ ਮਿਸ਼ਰੀ ਵਾਲੇ ਡੇਰਾ ਬਾਬੇ ਸ਼੍ਰੀ ਚੰਦ ਜੀ ਦਾ, ਉੱਥੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਆਪਰੇਸ਼ਨ ਹੋਣਾ ਲੈਟਰਿੰਗ ਵਾਲੀ ਨਾਲੀ ਦਾ, ਵੀ ਕਬਜ਼ ਬਹੁਤ ਜ਼ਿਆਦਾ ਰਹਿੰਦੀ। ਹਾਂਜੀ ਹਾਂਜੀ, ਵੀ ਬਹੁਤ ਜ਼ਿਆਦਾ ਕਬਜ਼ ਦੇ ਮੰਦਾ ਹਾਲ ਸੀ ਉਹਨਾਂ ਦਾ। ਉਹ ਇੱਕ ਨਾ ਸਾਡੇ ਕੋਲ ਉੱਥੇ ਪਿੰਡ ਉਹਨਾਂ ਸੰਗਤ ਜਾਂਦੀ, ਉਹ ਸੰਗਤ ਕੋਲ ਗਏ ਤਾਂ ਉਹ ਦਵਾਈ ਲੈਣ ਮੇਰੇ ਕੋਲ ਆ ਕੇ, ਉੱਥੋਂ ਆ ਕੇ ਤਾਂ ਉਹਨਾਂ ਮੈਂ ਦਵਾਈ ਪਿਆਈ, ਤੋ ਅੱਗੇ ਨੂੰ ਬੜਾ ਠੀਕ ਮਹਿਸੂਸ ਕੀਤਾ, ਆਉਂਦੇ ਆ ਫਿਰ ਮੇਰੇ ਤੋਂ ਦਵਾਈ ਲੈ ਕੇ ਗਏ ਉਹ, ਤੋ ਉਹਨੂੰ ਜਿਹਨਾਂ ਓਪਰੇਸ਼ਨ ਦੱਸਿਆ ਉਹ ਬਿਲਕੁਲ ਠੀਕ ਹੋ ਗਿਆ, ਤੁਹਾਨੂੰ ਉਹ ਵੀ ਬੰਦਾ ਆਪਾਂ ਮਿਲਾ ਦਾਂਗੇ। ਉਹਨੂੰ ਕੀ ਦਿੱਤਾ? ਗਿੱਦੜ ਸਿੰਘ ਜੀ? ਗਿੱਦੜ ਸਿੰਘ ਜੀ ਦਿੱਤੀ AMD AMD ਤੁਲਸੀ ਨਾਲ ਉਹਨੂੰ ਗਲੋਹ ਦਿੱਤੀ, ਕੋਸੇ ਪਾਣੀ ਜੀ ਪਿਆਈ ਘਰੇ ਖੜ ਕੇ ਉਹਨੂੰ, ਮੈਂ ਤੁਸੀਂ ਆਓ ਘਰੇ ਨਾਲ ਉਹਨੂੰ ਨਮਕ ਪਾ ਕੇ ਅਤੇ ਫਿਰ ਸਭ ਕੁਛ ਪਿਆਇਆ ਉਹਨਾਂ ਨੂੰ, ਤੋ 2-3 ਵਾਰਾਂ ਮਤਲਬ ਪਿਉਣਾ, 2 ਮੈਂ 3 ਵਾਰਾਂ ਤੁਸੀਂ ਪੀ ਲਿਓ, ਰਾਤ ਨੂੰ ਫਿਰ ਉਹਨਾਂ ਪੀ ਲਿਆ, ਨੇ ਬਿਲਕੁਲ ਨੂੰ ਫੋਨ ਆਇਆ ਸਹੀ ਹੋ ਗਿਆ ਸੀ। ਕਿੰਨੀ ਦੇਰ? ਅਗਲੇ ਦਿਨ ਹੀ ਕਬਜ਼ ਦਾ ਫਰਕ ਪੈ ਗਿਆ ਉਹਨਾਂ। ਅੱਛਾ, ਮਤਲਬ ਜਿਹਨੂੰ ਆਪਰੇਸ਼ਨ ਦੱਸਿਆ ਸੀਗਾ ਲੈਟਰਿਨ ਮਾਰਗ ਦਾ, ਜਿਹੜਾ ਆਪਰੇਸ਼ਨ ਦੱਸਿਆ ਸੀ ਉਹ ਬਿਲਕੁਲ ਠੀਕ ਹੋ ਗਏ? ਬਿਲਕੁਲ ਠੀਕ। ਕਿ ਅੰਦਰ ਜ਼ਖਮ ਸੀ ਜਾਂ ਕੀ ਹੋਇਆ? ਉਹ ਜਿਸ ਤਰ੍ਹਾਂ ਖਾਧੇ ਪੀਤੇ ਰਿਹਾ ਕੋਈ ਅਸਰ ਇਸ ਤਰ੍ਹਾਂ ਜਿਵੇਂ ਪ੍ਰੋਬਲਮ ਹੋਇਆ ਸਰ ਉਹਨੂੰ? ਹਾਂਜੀ, ਨਹੀਂ ਅੰਦਰ 2 ਤਰ੍ਹਾਂ ਦੀ ਬਾਬਾ ਸੀਰ ਹੁੰਦੀ ਹੈ, ਇੱਕ ਬਾਬਾ ਸੀਰ ਖੂਨੀ ਇੱਕ ਹੁੰਦੀ ਹੈ, ਅੰਦਰੋਂ ਜ਼ਖਮ ਹੋ ਜਾਂਦਾ, ਲਾਈਨ ਬਣ ਕੇ ਆਉਂਦੀ ਹੈ ਉਹਦੇ 'ਚ ਖੂਨ ਦੀ। ਹਾਂ, ਉਹਨੂੰ ਖੂਨੀ ਬਾਬਾ ਸੀਰੀ, ਖੂਨ ਦੀ ਲਾਈਨ ਬਣ ਕੇ ਆਉਂਦੀ ਹੈ। ਹਾਂਜੀ ਹਾਂਜੀ, ਉਹੀ ਚੀਜ਼ ਸੁਣਾਓ। ਹਾਂ, ਤਾਂ ਉਹ ਤੁਹਾਨੂੰ ਮਿਲਾ ਰਹੇ, ਕੋਈ ਗੱਲ ਨਹੀਂ ਆਪਾਂ। ਅਤੇ ਮਤਲਬ ਇਸ ਤਰ੍ਹਾਂ ਦੇ ਪੇਸ਼ੈਂਟ ਤੁਸੀਂ ਆਪਣੇ ਠੀਕ ਕੀਤੇ, ਕਿ ਮਤਲਬ ਲੱਗਦਾ ਕਿ ਜੋ ਤੁਸੀਂ ਇੱਥੋਂ ਹਾਸਲ ਕੀਤਾ ਉਹ ਕਾਫੀ ਯੂਜ਼ਫੁਲ ਸੀਗਾ ਤੁਹਾਡੇ ਵਾਸਤੇ? ਬਹੁਤ ਜ਼ਿਆਦਾ ਜੀ, ਮੈਨੂੰ ਤਾਂ ਬੜਾ ਤਜਰਬਾ, ਬੜਾ ਕੰਮ ਆਇਆ, ਆਪਦਾ ਰੋਗ ਵੀ ਸਹੀ ਕਿਹਾ, ਸਭ ਤੋਂ ਵਧੀਆ ਤਾਂ ਪਹਿਲਾਂ ਇਹ ਮੈਨੂੰ ਫਰਕ ਪਿਆ, ਆਪਦਾ ਰੋਗ ਸਹੀ ਕਰ ਲਿਆ, ਫਿਰ ਇੱਥੋਂ ਹੁਣ ਤਜਰਬਾ ਲੈ ਕੇ ਜਿਹੜੇ ਗਾਂਹ ਮਰੀਜ਼ ਇਹਨਾਂ ਮੈਂ ਮਰੀਜ਼ ਬਹੁਤ ਜ਼ਿਆਦਾ ਵੱਧ ਗਏ। ਅੱਛਾ, ਪਰਿਵਾਰ ਦੇ ਵਿੱਚ ਕਿਸੇ ਨੂੰ ਠੀਕ ਕੀਤਾ ਕਿ ਬਾਹਰ ਹੀ ਠੀਕ ਕਰੀ? ਨਹੀਂ, ਬਾਹਰ ਵੀ ਠੀਕ ਕੀਤੇ, ਪਰਿਵਾਰ 'ਚ ਵੀ, ਪਰਿਵਾਰ 'ਚ ਮੈਂ ਹੁਣ ਲੱਗ ਗਿਆ,
ਇੰਨਾ ਕੁਛ ਤੁਸੀਂ ਮਤਲਬ ਆਪ ਵੀ ਠੀਕ ਹੋ ਗਏ, ਪੇਸ਼ੈਂਟਸ ਨੂੰ ਵੀ ਠੀਕ ਕਰਤੇ, ਲੇਕਿਨ ਜਿਹੜੇ ਦੂਰ ਬੈਠੇ ਨੇ, ਕੋਈ ਇੰਗਲੈਂਡ ਬੈਠਾ, ਕੋਈ ਕਲਕੱਤੇ ਬੈਠਾ, ਕੋਈ ਮਦਰਾਸ ਬੈਠਾ, ਕੋਈ ਪੰਜਾਬ ਦੇ ਕਿਸੇ ਕੋਨੇ 'ਚ ਬੈਠਾ, ਕੋਈ ਆਸਟ੍ਰੇਲੀਆ ਬੈਠਾ, USA ਬੈਠਾ, ਕੀ ਕਹਿਣਾ ਚਾਹੋਗੇ ਐਸੇ ਪੇਸ਼ੈਂਟਸ ਨੂੰ? ਉਹ ਅਮੈਰੀਕਾ ਦਵਾਈ ਮੈਂ ਭੇਜਣੀ ਸੀ ਅਤੇ ਉਹ ਕੋਰੀਅਰ ਨਹੀਂ ਹੁੰਦਾ ਪਿੱਛੇ ਲੋਕਡਾਊਨ 'ਚ। ਤੁਸੀਂ ਐਸੇ ਪੇਸ਼ੈਂਟ ਨੂੰ ਕੀ ਕਹਿਣਾ ਚਾਹੋਗੇ ਵੀ ਕਿੱਦਾਂ ਕਿਹੜੇ ਇਲਾਜ ਦੇ ਨਾਲ ਠੀਕ ਹੋ ਸਕੋ? ਉਹ ਜੀ ਇਸੇ ਆਜਰ ਵਰਗੀ ਤਰ੍ਹਾਂ ਇਲੈਕਟ੍ਰੋਪੈਥੀ ਇਲਾਜ ਵਰਗਾ ਇਹ ਤੋਂ ਠੀਕ ਹੋ ਸਕਦੇ ਆ, ਜਿਹੜਾ ਆਪਾਂ ਵਰਤਦੇ ਸਾਰਾ। ਅਤੇ ਜਿੰਨੇ ਵੀ ਹੈਗੇ ਨਾ, ਉਹ ਮੇਰੀ ਇਹੋ ਬੇਨਤੀ ਆ ਵੀ ਦਵਾਈ ਇਹਨਾਂ ਜਿਹੜੋ ਅੰਗਰੇਜ਼ੀ ਦਵਾਈਆਂ ਛੱਡੋ, ਆਪਣੇ ਨੁਕਸਾਨ ਦੇ ਦਵਾਈਆਂ, ਵੀ ਉਹਨਾਂ ਬੰਦਾ ਕਮਜ਼ੋਰ ਹੁੰਦਾ, ਮਰਦਿਆਂ ਤੱਕ ਨਾਲ ਖਾਣੀਆਂ ਹੀ ਪੈਂਦੀਆਂ, ਛੁੱਟਦੀ ਦਵਾਈ ਨਹੀਂ। ਇਹਦੇ 'ਚ ਇਹ ਗਰੰਟੀ ਹੈਗੀ ਬੰਦਾ 2-4 ਮਹੀਨੇ, 5 ਮਹੀਨੇ, 6 ਮਹੀਨੇ ਪੀ ਲੂਗਾ ਦਵਾਈ, ਵੀ ਰੋਗ ਉਹਦੇ ਜੜੋਂ ਨਿਕਲ ਜੂਗਾ ਅਤੇ ਗਾਂਹ ਤੰਦਰੁਸਤੀ ਰਹੂ। ਕੁਛ ਪਰਹੇਜ਼ ਵੀ ਦੱਸਦੇ ਉਹਨੂੰ, ਤੁਸੀਂ ਆਪ ਕੁਛ ਕੀਤੇ ਪਰਹੇਜ਼? ਹਾਂਜੀ ਕੀਤੇ ਆ ਜੀ, ਆਹ ਵੀ ਕੋਕ ਤਾਂ ਪੀਣਾ, ਨਾ ਤਾਲੀ ਖੱਟੀ ਚੀਜ਼ ਖਾਣੀ ਆ, ਜੇ ਉਹ ਗਲਤ ਮਲਤ ਚੀਜ਼ਾਂ ਜਿਸ ਤਰ੍ਹਾਂ ਜੋ ਵੀ ਆ ਬਰਗਰ ਵਗੈਰਾ, ਨਿਊਡਲ ਵਗੈਰਾ, ਇਹੋ ਜਿਹੀਆਂ ਚੀਜ਼ਾਂ ਸਭ ਛੱਡ ਗਿਆ। ਅਤੇ ਹੁਣ ਹੋਰਾਂ ਨੂੰ ਵੀ ਇਹੀ ਕਹਿ ਰਹੇ? ਹੋਰਾਂ ਨੂੰ ਸਾਰਿਆਂ ਨੂੰ ਕਹਿੰਦੇ ਵੀ ਵਧੋ ਪਰਹੇਜ਼ ਨਾ ਹੀ ਸਾਰਾ ਹੈਗਾ ਜੀ, ਜਾਂ ਕਣਕ ਦੀ ਰੋਟੀ ਤੋਂ ਵੀ ਵਜੋ, ਮੈਂ ਇਹ ਵੀ ਮਾੜੀ ਆ, ਇਹ 'ਚ ਵੀ ਜ਼ਹਿਰ ਜ਼ਿਆਦਾ ਜਿਸ ਤਰ੍ਹਾਂ ਆਉਣ ਡਿਆ, ਬਾਕੀ ਜਿੰਨੀਆਂ ਵੀ ਚੀਜ਼ਾਂ ਮਾੜੀਆਂ ਸਾਰੀਆਂ ਵਜੋ, ਸਪਰੇਅ ਵਾਲੀਆਂ ਸਬਜ਼ੀਆਂ ਲਓ, ਜਿਹੜੀਆਂ ਜਿਸ ਤਰ੍ਹਾਂ ਬਤਾਊਂ ਆ, ਜਾਂ ਗੋਭੀ ਜਿਸ ਤਰ੍ਹਾਂ ਹੁਣ ਬੇਮੌਸਮੀ ਸਾਗ ਆ, ਇਹਦੇ ਨਾਲ ਬਚ ਕੇ ਰਹਿਣਾ ਚਾਹੀਦਾ ਸਾਰੀਆਂ ਨੂੰ। ਬੇਮੌਸਮੀ ਜਿੰਨੀਆਂ ਵੀ ਸਬਜ਼ੀਆਂ ਨੇ, ਜਿੰਨੇ ਵੀ ਫਲ ਨੇ, ਇਹਨਾਂ ਤੋਂ ਬਚਣਾ, ਇਹਨਾਂ ਨੂੰ ਬਚਣਾ ਚਾਹੀਦਾ। ਜਿਸ ਤਰ੍ਹਾਂ ਕੋਈ ਵੀ ਚੀਜ਼ ਹੁਣ ਸੇਬ ਜਿਸ ਤਰ੍ਹਾਂ ਵਾਲਿਆ, ਰੰਗ ਲਾਲ ਕੀਤਾ ਹੋਇਆ, ਟੀਕਾ ਲਾਲ ਕੀਤਾ ਆ, ਇਹ ਬਿਮਾਰੀ ਦਾ ਘਰ ਹੈ, ਜਦੋਂ ਪੱਕ ਜਾਂਦਾ ਪੂਰਾ ਉਹ ਰੂਹ ਖਾਓ ਇਹ ਕਹਿੰਦੇ ਆ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਤੁਸੀਂ ਆਪਣਾ ਤਜਰਬਾ ਅਤੇ ਆਪਣੇ ਮਰੀਜ਼ਾਂ ਦਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ RMP ਡਾਕਟਰ ਨੇ, ਅਤੇ ਇਹਨਾਂ ਨੂੰ ਐਲਰਜੀ, ਜਿਹਦੇ ਬਾਰੇ ਡਾਕਟਰ ਕਹਿੰਦੇ ਨੇ ਐਲਰਜੀ ਤਾਂ ਰੱਬ ਦੀ ਮਰਜ਼ੀ, ਪਰ 2 ਸਾਲ ਤੱਕ ਜਿਸ ਚੀਜ਼ ਦੇ ਨਾਲ ਇਹਨਾਂ ਨੇ ਬੁਰੀ ਤਰ੍ਹਾਂ ਲੜਾਈ ਲੜੀ, ਸਰੀਰ ਖਰਾਬ ਕੀਤਾ, 5-5 ਗੋਲੀਆਂ ਤੱਕ, ਜਿਹੜਾ ਮੌਂਟੀਲਕੋਸ ਅਤੇ ਲੀਵੋਸੈਟਰੀਨ, ਇਹ ਜਿਹੜੇ ਡਾਕਟਰ ਜਾਣਦੇ ਨੇ, ਜਿਹੜੇ ਦੇਖ ਰਹੇ ਹੋਣਗੇ, ਜਿਨ੍ਹਾਂ ਨੂੰ ਮਾੜੀ ਮੋਟੀ ਵੀ ਸਮਝ ਹੋਏਗੀ, ਲੀਵੋਸੈਟਰੀਨ ਅਤੇ ਮੌਂਟੀਲਕੋਸ, ਈਵਨ ਬੈਟਨੀਸੋਲ ਅਤੇ ਲੀਵੋਸੈਟਰੀਨ, ਸੈਟਰੀਜਿਨ, ਇਹ ਜਿਹੜੀਆਂ ਦਵਾਈਆਂ ਨੇ, ਇਹ ਬੋਡੀ ਦੇ ਅੰਦਰ ਇਮਿਊਨ ਸਿਸਟਮ ਜਿਹੜਾ ਬੋਡੀ ਦਾ ਬਹੁਤ ਬੁਰੀ ਤਰ੍ਹਾਂ ਡਾਊਨ ਲਿਆਉਂਦੀਆਂ ਨੇ। ਐਂਟੀ ਹਿਸਟੇਮਾਈਨ ਜਿਹੜੇ ਹੁੰਦੇ ਨੇ, ਇਹ ਖਤਮ, ਮਤਲਬ ਇਸ ਲੈਵਲ ਤੱਕ ਜਿਹੜੀ ਬੋਡੀ ਨੂੰ ਖਰਾਬ ਕਰ ਦਿੰਦੀਆਂ ਨੇ ਕਿ ਅੰਦਰ ਕੋਈ ਵੀ ਰੋਗ ਜਿਹੜਾ ਬੜੀ ਜਲਦੀ ਜਿਹੜਾ ਸਰੀਰ ਨੂੰ ਫੜ ਲੈਂਦਾ, ਇੱਥੋਂ ਤੱਕ ਕਿ ਅੱਗੇ ਚੱਲ ਕੇ ਫਿਰ ਇਹ ਦਮੇ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਬਿਮਾਰੀ, ਕਿਉਂਕਿ ਬੋਡੀ ਦੇ ਅੰਦਰ ਜਦੋਂ ਆਪਾਂ ਨੂੰ ਖਾਂਸੀ ਆਉਂਦੀ ਹੈ ਜਾਂ ਛਿੱਕਾਂ ਆਉਂਦੀਆਂ ਨੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਆਪਣਾ ਰੋਗ ਹੈ। ਬੋਡੀ ਦੇ ਅੰਦਰ ਜਦੋਂ ਖਾਂਸੀ ਅਤੇ ਛਿੱਕਾਂ ਆ ਰਹੀਆਂ ਨੇ, ਇਹਦਾ ਮਤਲਬ ਆਪਣੇ ਫੇਫੜਿਆਂ ਦੇ ਅੰਦਰ ਕੋਈ ਖਰਾਬੀ ਆਈ ਹੈ, ਜਿਸ ਨੂੰ ਬੋਡੀ ਮਨਜ਼ੂਰ ਨਹੀਂ ਕਰ ਰਹੀ, ਉਹਨੂੰ ਬਾਹਰ ਕੱਢ ਰਹੀ ਹੈ। ਅਤੇ ਆਪਾਂ ਲੀਵੋਸੈਟਰੀਨ, ਮੌਂਟੀਲਕਾਸਟ ਅਤੇ ਹੋਰ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਜਿਹੜੀਆਂ ਦਵਾਈਆਂ ਲੈ ਕੇ, ਅਤੇ ਉਸ ਜੋ ਆਪਣੇ ਅੰਦਰ ਪਾਣੀ ਜਿਹੜਾ ਅੰਦਰੋਂ ਬਲਗਮ ਵਗੈਰਾ ਹੈ, ਉਹ ਜਿਹੜਾ ਬੋਡੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ, ਆਪਾਂ ਉਸ ਨੂੰ ਦਵਾਈਆਂ ਲੈ ਕੇ ਅੰਦਰ ਸੁਕਾ ਦਿੰਦੇ ਹਾਂ, ਅਤੇ ਜਦੋਂ ਉਹ ਸੁੱਕ ਜਾਂਦੀਆਂ ਨੇ ਅਤੇ ਫਿਰ ਉਹ ਅੱਗੇ ਚੱਲ ਕੇ ਅੰਦਰ ਜਿਹੜਾ ਉਹ ਫੇਫੜਿਆਂ ਦੇ ਵਿੱਚ ਬਲੋਕੇਜ ਆ ਜਾਂਦੀ ਹੈ, ਅਤੇ ਉਸ ਤੋਂ ਬਾਅਦ ਉਹ ਦਮੇ 'ਚ ਕਨਵਰਟ ਹੋ ਜਾਂਦੀ ਹੈ। ਦਮੇ ਨੂੰ ਵੀ ਜੇ ਅਗਰ ਆਪਾਂ ਨਹੀਂ ਥੋੜ੍ਹਾ ਜਿਹਾ ਧਿਆਨ ਦਿੱਤਾ, ਤਾਂ ਫਿਰ ਅੱਗੇ ਜਾ ਕੇ ਨਮੂਨੀਆ ਅਤੇ ਉਸ ਤੋਂ ਬਾਅਦ ਮੌਤ ਵੱਲ ਆਪਾਂ ਨੂੰ ਖਿੱਚ ਕੇ ਲੈ ਜਾਂਦੀ ਹੈ। ਸੋ ਡਾਕਟਰ ਸਾਹਿਬ ਬੜੇ ਭਾਗਾਂ ਵਾਲੇ ਨੇ, ਜਿਹੜੇ ਇਹਨਾਂ ਨੇ ਸਮੇਂ ਸਿਰ ਜਿਹੜਾ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਮੁਲਾਕਾਤ ਹੋ ਗਈ, ਉੱਥੋਂ ਇਹਨਾਂ ਨੇ ਆਪਣਾ ਇਲਾਜ ਕਰਵਾਇਆ, ਇਲਾਜ ਦੇ ਵਿੱਚ ਵੀ ਫਿਰ ਉਹੀ ਆ ਗਿਆ AMD ਤੁਲਸੀ ਅਤੇ ਜਿਹੜੇ ਪ੍ਰੋਡਕਟ ਜਿਹੜੇ ਮੈਂ ਅਕਸਰ ਜਿਨ੍ਹਾਂ ਨੂੰ ਮੈਂ ਕਹਿ ਦਿੰਦਾ ਵੀ ਗਿੱਦੜ ਸਿੰਘ ਜਿਹੜੀ ਹਰ ਜਗ੍ਹਾ 'ਤੇ ਤੀ ਕੰਮ ਆਈ ਆ ਰਹੀ ਹੈ, ਉਹ ਇਹਨਾਂ ਨੂੰ ਵੀ ਕੰਮ ਆਈ, ਇਹਨਾਂ ਨੂੰ ਵੀ ਆਰਾਮ ਆਇਆ, ਅਤੇ ਅੱਜ ਇਹ ਬਿਲਕੁਲ ਤੰਦਰੁਸਤ, ਨਾ ਇਹ ਆਪ ਤੰਦਰੁਸਤ ਨੇ ਬਲਕਿ ਅੱਜ ਇਹ ਡਾਕਟਰ ਨੇ ਪਿੰਡ ਦੇ ਵਿੱਚ, ਅਤੇ ਉੱਥੇ ਹੋਰਾਂ ਨੂੰ ਵੀ ਜਿਹੜਾ ਇਹੀ ਦਵਾਈਆਂ ਦੇ ਕੇ ਅਤੇ ਉਹਨਾਂ ਦਾ ਇਲਾਜ ਕਰ ਰਹੇ ਨੇ। 100 ਦੇ ਕਰੀਬ ਜਿਹੜੇ ਮਰੀਜ਼ਾਂ ਦੀ ਇਹਨਾਂ ਦੀ ਲਿਸਟ ਜਿਹੜੀ ਹੈ ਕਹਿੰਦੇ ਵੀ ਹੈਗੇ ਨੇ। ਬਾਪੂ ਹਰਬੰਸ ਸਿੰਘ ਦਾ ਇਹਨਾਂ ਨੇ ਹਵਾਲਾ ਦਿੱਤਾ ਕਿ ਬਾਪੂ ਹਰਬੰਸ ਸਿੰਘ ਤਾਂ ਜਿਹੜੇ 87 ਸਾਲ ਦੀ ਉਮਰ ਦੇ ਸੀਗੇ, ਅਤੇ ਉਹਨਾਂ ਨੂੰ ਤਾਂ ਪ੍ਰੋਬਲਮ ਘੱਟ ਸੀਗੀ, ਅਤੇ ਜਿਹੜੀ ਮਾਤਾ ਜੀ ਇਹਨਾਂ ਨੇ ਠੀਕ ਕੀਤੇ ਨੇ ਉਸ ਤੋਂ ਵੀ ਕਿਤੇ ਜ਼ਿਆਦਾ ਹਾਲਤ ਦੇ ਸੀਗੀ, ਰੇਹੜੀ 'ਤੇ ਪਾ ਕੇ ਲਿਆਉਂਦੇ ਸੀ, ਅਤੇ ਅੱਜ ਇਹਨਾਂ ਨੇ ਉਹੀ ਦਵਾਈ ਉਹਨਾਂ ਨੂੰ ਦਿੱਤੀ, ਅਤੇ ਅੱਜ ਉਹ ਬਿਲਕੁਲ ਸੋਟੀ ਸੁੱਟ ਕੇ ਅਤੇ ਦੌੜੇ ਫਿਰਦੇ ਨੇ। ਸੋ ਤਜਰਬਾ ਤੁਹਾਡੇ ਸਾਹਮਣੇ ਹੈ, ਫੈਸਲਾ ਤੁਹਾਡਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਕੋਈ ਇੱਦਾਂ ਦਾ ਕੇਸ, ਐਲਰਜੀ ਵਾਲਾ ਜਾਂ ਕੋਈ ਵੀ ਕੇਸ, ਇੱਕ ਵੀ ਕੇਸ ਅਗਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ ਕਿਸੇ ਮਰੀਜ਼ ਨੂੰ ਫਾਇਦਾ ਹੁੰਦਾ, ਤਾਂ ਅਸੀਂ ਸਮਝਾਂਗੇ ਕਿ ਸਾਡੀ ਵੀਡੀਓ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।